ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਤੁਹਾਡੇ ਸਭ ਨਾਲ ਹਰਸ਼ਰਨ ਕੌਰ ਅੱਜ 6 ਸਤੰਬਰ ਦਾ ਦਿਨ ਹੈ ਤੇ ਅੱਜ ਅਸੀਂ ਗੱਲ ਕਰਾਂਗੇ 1995 ਵਾਲੇ 6 ਸਤੰਬਰ ਦੀ ਜਦੋਂ ਮਨੁੱਖੀ ਹੱਕਾਂ ਦੇ ਵੱਡੇ ਅਲੰਬਰਦਾਰ ਦੁਨੀਆ ਦੇ ਵਿੱਚ ਜਦੋਂ ਉਹਨਾਂ ਨੇ ਖੁਲਾਸਾ ਕੀਤਾ ਸੀ ਤਾਂ ਦੁਨੀਆ ਦੇ ਵਿੱਚ ਉਸ ਖੁਲਾਸੇ ਦੀ ਗੂੰਜ ਪਈ ਸੀ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਦੇ ਲਈ ਉਹ ਇੱਕ ਮਸੀਹਾ ਬਣ ਕੇ ਆਏ ਸਨ 84 ਦੇ ਦੌਰ ਤੋਂ ਬਾਅਦ ਨਾਮ ਹੈ ਭਾਈ ਜਸਵੰਤ ਸਿੰਘ ਖਾਲੜਾ ਤੁਸੀਂ ਸਾਰੇ ਜਾਣਦੇ ਹੋ ਹਨੇਰੇ ਦੇ ਵਿੱਚ ਇੱਕ ਦੀਵਾ ਜਗਿਆ ਸੀ ਤੇ ਉਸ ਦੀਵੇ ਦੀ ਰੋਸ਼ਨੀ ਅੱਜ ਵੀ ਅਸੀਂ ਮਹਿਸੂਸ ਕਰ ਸਕਦੇ ਹਾਂ ਅੱਜ ਤੋਂ 28 ਸਾਲ ਪਹਿਲਾਂ ਇਸ ਸਿਸਟਮ ਨੇ ਉਹਨਾਂ ਨੂੰ ਸਿਰਫ ਇਸੇ ਕਰਕੇ ਲਾਪਤਾ ਕਰ ਦਿੱਤਾ ਸੀ ਕਿਉਂਕਿ ਉਹਨਾਂ ਨੇ ਤੁਹਾਡੀ ਸਾਡੀ ਮਨੁੱਖਾਂ ਦੀ ਇਨਸਾਨਾਂ ਦੀ ਸਭ ਦੀ ਆਵਾਜ਼ ਉਹ ਬਣੇ ਸੀ ਔਰ ਉਸ ਆਵਾਜ਼ ਨੂੰ ਉਹ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਗਏ ਸੀ ਅੱਜ ਨਾਲ ਉਹਨਾਂ ਦੇ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਜੁੜੇ ਨੇ ਖਾਲਸ ਟੀਵੀ ਤੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ 28 ਸਾਲਾਂ ਦਾ ਜਿਹੜਾ ਇੱਕ ਸਮਾਂ ਹੈ ਉਹਨਾਂ ਤੋਂ ਬਿਨਾ ਉਸ ਦੀ ਗੱਲਬਾਤ ਕਰਾਂਗੇ ਜਿਹੜਾ ਦੀਵਾ ਉਹਨਾਂ ਦੇ ਉਹਨਾਂ ਨੇ ਜਗਾਇਆ ਸੀ ਉਹਦੀ ਰੌਸ਼ਨੀ ਅੱਜ ਕਿੱਥੋਂ ਤੱਕ ਪਹੁੰਚ ਰਹੀ ਹੈ ਉਹਦੀ ਗੱਲਬਾਤ ਕਰਾਂਗੇ ਬੀਬੀ ਜੀ ਬਹੁਤ ਬਹੁਤ ਸਵਾਗਤ ਹੈ ਖਾਲਸ ਟੀਵੀ ਤੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਸੋ ਬੀਬੀ ਜੀ ਅੱਜ ਆਪਾਂ ਪਹਿਲਾਂ 6 ਸਤੰਬਰ ਦੀ ਹੀ ਗੱਲ ਕਰਾਂਗੇ 6 ਸਤੰਬਰ ਤੋਂ ਲੈ ਕੇ ਹੁਣ ਤੱਕ 28 ਸਾਲ ਹੋ ਗਏ ਨੇ ਉਹ ਜਿਹੜਾ ਇੱਕ ਦੀਵਾ ਜਗਾ ਕੇ ਗਏ ਸੀ ਹਨੇਰੇ ਦੇ ਵਿੱਚ ਰੋਸ਼ਨੀ ਦਾ ਇੱਕ ਦੀਵਾ ਬਣੇ ਸੀਗੇ ਤੇ ਉਹਨਾਂ ਨੇ ਬਾਕੀ ਲੋਕਾਂ ਨੂੰ ਵੀ ਉਸੇ 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 ਤਰ੍ਹਾਂ ਜਗਣ ਦੀ ਇੱਕ ਪ੍ਰੇਰਣਾ ਦਿੱਤੀ ਸੀ ਇੱਕ ਵੱਡੀ ਮਿਸਾਲ ਬਣੇ ਸੀਗੇ ਉਹ ਦਿਨ ਅੱਜ ਵੀ ਸ਼ਾਇਦ ਤੁਹਾਡੇ ਜ਼ਿਹਨ ਚ ਕਦੇ ਨਹੀਂ ਭੁੱਲਦਾ ਹੋਣਾ ਸਾਡੇ ਵਰਗੇ ਜਾਂ ਬਾਕੀ ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਦੇ ਸ਼ਹੀਦੀ ਦਿਹਾੜੇ ਮੌਕੇ ਗੱਲਬਾਤ ਕਰ ਲੈਂਦੇ ਨੇ ਪਰ ਤੁਹਾਡੇ ਜ਼ਿਹਨ ਦੇ ਵਿੱਚ ਉਹ ਗੱਲਾਂ ਕਦੇ ਵੀ ਨਹੀਂ ਜਾਂਦੀਆਂ ਹੋਣਗੀਆਂ ਕਿਉਂਕਿ ਬਹੁਤ ਵੱਡੀ ਪੀੜ ਹੁੰਦੀ ਹੈ ਸ਼ਾਇਦ ਅਸੀਂ ਸਮਝ ਸਕੀਏ ਕਿ ਸਾਡੇ ਪਰਿਵਾਰ ਦਾ ਇੱਕ ਇਨਸਾਨ ਇੱਕ ਬਹੁਤ ਖਾਸ ਇਨਸਾਨ ਜਿਹੜਾ ਇੱਕਦਮ ਲਾਤਾ ਹੋ ਜਾਏ ਤੇ ਫਿਰ ਸਾਨੂੰ ਪਤਾ ਵੀ ਨਹੀਂ ਅੱਜ ਤੱਕ ਲੱਗਿਆ ਕਿ ਉਹਨਾਂ ਦੇ ਨਾਲ ਕੀ ਹੋਇਆ ਸੀ ਸੋ ਉਹ ਪੀੜ ਹੈ ਜਿਹੜੀ ਸ਼ਾਇਦ ਸਿਸਟਮ ਅੱਜ ਮਹਿਸੂਸ ਕਰੇ ਅੱਜ ਵੀ ਮਹਿਸੂਸ ਕਰ ਲਵੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਹਾਂਜੀ ਅੱਜ ਜਿ ਤੋਂ 28 ਸਾਲ ਪਹਿਲਾਂ ਇੱਕ ਘਟਨਾ ਕੱਢੀ ਸੀਗੀ ਅੰਮ੍ਰਿਤਸਰ ਚੋਂ ਸਾਡੇ ਘਰ ਚੋਂ ਹੀ ਸਰਦਾਰ ਜਸਵੰਤ ਸਿੰਘ ਗਾਲਡਨ ਨੂੰ ਘਰੋਂ ਗਵਾਹ ਕੀਤਾ ਗਿਆ ਤੇ ਇਹਦਾ ਬਹੁਤ ਵੱਡਾ ਕਾਰਨ ਸੀਗਾ ਸਟੇਟ ਨਾਲ ਇੱਕ ਵੱਡੀ ਉਹਨਾਂ ਨਾਲ ਸਟੇਟ ਨਾਲ ਗੱਲ ਚੱਲ ਰਹੀ ਸੀ ਜੈਸਵੰਤ ਸਿੰਘ ਦੀ ਕਿ ਉਹਨਾਂ ਲਾਪਤਾ ਲੋਕਾਂ ਦੀ ਸਾਨੂੰ ਦੱਸੋ ਜਿਹੜੇ ਇਲਾਵਾ ਤੁਸੀਂ ਲਾवारਸ ਕਾਇਕੇ ਸਾੜੇ ਆ ਉਹਨਾਂ ਲੋਕਾਂ ਦੀ ਗੱਲ ਜੈਸਵੰਤ ਸਿੰਘ ਨੇ ਕੀਤੀ ਸੀ ਜਿਨ੍ਹਾਂ ਨੂੰ ਘਰਾਂ ਵਿੱਚੋਂ ਚੱਕ ਕੇ ਤੇ ਉਹਨਾਂ ਨੂੰ ਲਾਪਤਾ ਕੀਤਾ ਗਿਆ ਸੀ ਤੇ ਲਾਸ਼ਾਂ ਵੀ ਨਹੀਂ ਸੀ ਮਿਲੀਆਂ ਤਾਂ ਉਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਇੱਕ ਘਰ ਦੇ ਵਿੱਚੋਂ ਚੱਕ ਕੇ ਲਾ ਵਾਰਸ ਲਾਸ਼ ਹੀ ਕਹਿ ਸਕਦੇ ਆ ਬਣਾ ਦਿੱਤਾ ਗਿਆ ਕਿਉਂਕਿ ਅੱਜ ਤੱਕ ਸਾਡੇ ਕੋਲੇ ਕੋਈ ਵੀ ਇਹੋ ਜਿਹਾ ਕਲੂ ਨਹੀਂ ਆਇਆ ਬਾਦ ਵਿੱਚ ਵੀ ਕਿ ਜਿਹੜਾ ਸਾਨੂੰ ਪਰਿਵਾਰ ਨੂੰ ਜਾਂ ਪੂਰੀ ਕੌਮ ਨੂੰ ਵੀ ਮੈਂ ਕਹਿ ਸਕਦੀ ਆ ਕੋਈ ਤਸੱਲੀ ਦਿਵਾਉਂਦਾ ਹੋਵੇ ਕਿ ਜਸਵੰਤ ਸਿੰਘ ਨੇ ਕੀ ਵਾਪਰਿਆ ਹੁਣ ਬਹੁਤੀ ਗੱਲ ਤਾਂ ਮੈਂ ਇਹੀ ਕਹੂੰਗੀ ਕਿ 28 ਸਾਲਾਂ ਦਾ ਜਿਹੜਾ ਇਹ ਸੰਘਰਸ਼ ਹੈ ਜੋ ਜਸੋਂ ਸਿੰਘ ਹਲਦਾਨੀ ਸ਼ੁਰੂ ਕੀਤਾ ਸੀ ਉਸ ਵੇਲੇ ਤੇ ਉਹ ਅੱਜ ਕਿਸ ਮਕਾਮ ਤੇ ਹੈ ਇਹ ਹੀ ਗੱਲ ਮੇਰੇ ਖਿਆਲ ਨਾਲ ਸਾਨੂੰ ਕਰਨੀ ਬਣਦੀ ਹੈ ਤੇ ਬਿਲਕੁਲ ਜਿਹੜੀਆਂ ਮਾਨਸਿਕ ਪੀੜਾ ਹੁੰਦੀਆਂ ਜਾਂ ਜਿਹੜੀਆਂ ਸਾਡੀਆਂ ਲੋੜਾਂ ਹੁੰਦੀਆਂ ਪਰਿਵਾਰਕ ਜਾਂ ਉਹਨਾਂ ਨੂੰ ਤੇ ਹੁਣ ਮੇਰਾ ਖਿਆਲ ਹੈ ਪਿੱਛੇ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਸਮਾਂ ਜਿਹੜਾ ਉਹ ਆਪਣੀ ਤੋਰ ਤੁਰਦਾ ਤੁਰਦਾ ਇੱਥੋਂ ਤੱਕ ਪਹੁੰਚ ਗਿਆ ਹੈ ਤੇ ਸਾਡੀ ਤਸੱਲੀ ਵਾਲੀ ਗੱਲ ਇਹੋ ਹੀ ਹੈ ਕਿ ਜੇ ਜਸਵੰਤ ਸਿੰਘ ਘਰੜਾ ਦੀ ਸ਼ਹਾਦਤ ਨਾ ਹੁੰਦੀ ਤਾਂ ਜਿਹੜੇ ਇਹ ਲਾਵਾਰ ਸਲਾਸ਼ਨ ਦਾ ਸੱਚ ਅੱਜ ਉਜਾਗਰ ਹੀ ਨਹੀਂ ਸੀ ਹੋਣਾ ਦੁਨੀਆ ਨੇ ਜਿਵੇਂ ਸਾਨੂੰ ਅੱਤਵਾਦੀ ਕਿਹਾ ਤੇ ਅਸੀਂ ਅੱਤਵਾਦੀ ਬਣੇ ਰਹਿਣਾ ਸੀ ਪਰ ਜਸਵੰਤ ਸਿੰਘ ਨੇ ਜੋ ਸੱਚ ਦੁਨੀਆ ਦੇ ਸਾਹਮਣੇ ਇੰਟਰਨੈਸ਼ਨਲ ਲੈਵਲ ਤੇ ਰੱਖਿਆ ਉਹਦੇ ਨਾਲ ਦੁਨੀਆ ਨੂੰ ਇਹ ਸਮਝ ਲੱਗੀ ਕਿ ਸਟੇਟ ਨੇ ਕਿੰਨਾ ਜ਼ੁਲਮ ਕੀਤਾ ਤੇ ਕਿੰਨਾ ਕਿਸਤਾਂ ਸਿੱਖਾਂ ਦੀ ਨਸਲ ਕੋਸ਼ਿਸ਼ ਕੀਤੀ ਆ ਮੈਨੂੰ ਤਾਂ ਖਾਸ ਤੌਰ ਤੇ ਹੁਣ ਇਹਨਾਂ ਦਿਨਾਂ ਵਿੱਚ ਮੈਂ ਮਹਿਸੂਸ ਕਰਦੀ ਆ ਕਿ ਮੈਂ ਇੱਕ ਜ਼ਿੰਦਗੀ 'ਚ ਤਸੱਲੀ ਮਹਿਸੂਸ ਕਰ ਰਹੀ ਆ ਕਿ ਜੋ ਜ਼ਿੰਦਗੀ ਤੇ ਮੌਤ ਆ ਇਹ ਤਾਂ ਪਰਮਾਤਮਾ ਦੇ ਹੱਥ ਵਿੱਚ ਆ ਪਰ ਜੇ ਕੋਈ ਆਪਣੀ ਜ਼ਿੰਦਗੀ ਲਾ ਕੇ ਕੌਮ ਦੇ ਨਾਂ ਤੇ ਜਾਂ ਕੋਈ ਵੀ ਬੰਦਾ ਕਿਸੇ ਪਰਪਸ ਲਈ ਆਪਣੀ ਜ਼ਿੰਦਗੀ ਲਾ ਦਿੰਦਾ ਤਾਂ ਮੇਰਾ ਖਿਆਲ ਆ ਉਸ ਤੋਂ ਚੰਗੀ ਗੱਲ ਕੋਈ ਨਹੀਂ ਹੁੰਦੀ ਹਾਂਜੀ ਜੀ ਜੀ ਬਿਲਕੁਲ ਬਿਲਕੁਲ ਬਹੁਤ ਵੱਡੀ ਗੱਲ ਹੈ ਮੈਂ ਕਹਾਂਗੀ ਕਿ ਤੁਸੀਂ ਤੁਹਾਡੇ ਅੰਦਰ ਬਹੁਤ ਬਹਾਦਰੀ ਹੈ ਬਹੁਤ ਹਿੰਮਤ ਹੈ ਜਿਹੜਾ ਤੁਸੀਂ ਇਹ ਕਹਿ ਰਹੇ ਹੋ ਇੱਕ ਸੈਟੀਸਫੈਕਸ਼ਨ ਦੀ ਗੱਲ ਕਰ ਰਹੇ ਹੋ ਸੋ ਉਹਨਾਂ ਦੀ ਸ਼ਹਾਦਤ ਨੇ ਜਿਹੜੀ ਇੱਕ ਤੁਹਾਡੀ ਲੜਾਈ ਸ਼ੁਰੂ ਕਰ ਦਿੱਤੀ ਸੀ ਇਨਸਾਫ ਨੂੰ ਲੈ ਕੇ ਉਹਨਾਂ ਨੇ ਜੋ ਦੁਨੀਆ ਦੇ ਵਿੱਚ ਇਹ ਮੁੱਦਾ ਮੁੱਦਾ ਲੈ ਕੇ ਆਂਦਾ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ ਉਦੋਂ ਦੁਨੀਆ ਮੈਨੂੰ ਲੱਗਦਾ ਕੰਬ ਗਈ ਸੀ ਕਿ ਇਸ ਤਰ੍ਹਾਂ ਵੀ ਹੋਇਆ ਹੈ ਪੰਜਾਬ ਦੇ ਲੋਕਾਂ ਦੇ ਨਾਲ ਜਿਨ੍ਹਾਂ ਦੇ ਘਰ ਦੇ ਮੁੰਡੇ ਗਵਾਚੇ ਸੀ ਉਹ ਚੁੱਪ ਕਰਕੇ ਬਹਿ ਗਏ ਸੀ ਮਜਬੂਰ ਹੋ ਕੇ ਬਹਿ ਗਏ ਸੀ ਤੇ ਉਹ ਜਾ ਕੇ ਆਵਾਜ਼ ਬਣੇ ਸੀ ਤੇ ਫਿਰ ਅੱਗੋਂ ਤੁਸੀਂ ਵੀ ਉਸ ਲੜਾਈ ਨੂੰ ਅੱਜ ਤੱਕ ਜਾਰੀ ਰੱਖਿਆ ਸੋ ਉਹ ਲੜਾਈ ਹੈ ਜਿਹੜੀ ਉਹ ਅੱਜ ਕਿਸ ਮੁਕਾਮ ਤੇ ਹੈ ਕਿਸ ਮੋੜ ਤੇ ਹੈ ਅੱਜ ਜਦੋਂ ਅਸੀਂ ਸੁਣਦੇ ਹਾਂ ਕਿ ਅਦਾਲਤਾਂ ਨੇ ਐਨੇ ਸਾਲ ਪੁਰਾਣੇ ਕੇਸ ਦੇ ਵਿੱਚ ਪਤਾ ਲੱਗ ਗਿਆ ਕਿ ਹਾਂ ਇਸ ਪੁਲਸੀਏ ਨੇ ਉਸ ਨੌਜਵਾਨ ਨੂੰ ਖਪਾਇਆ ਸੀ ਤੇ ਉਹਨਾਂ ਨੂੰ ਅੱਜ ਸਜ਼ਾਵਾਂ ਮਿਲ ਰਹੀਆਂ ਨੇ ਸੋ ਤੁਹਾਡੀ ਲੜਾਈ ਹੈ ਜਿਹੜੀ ਕਿਸ ਮੁਕਾਮ ਤੇ ਤੁਸੀਂ ਸਮਝਦੇ ਹੈਗੇ ਹੋ ਦੇਖੋ ਇਹ ਮਕਾਮ ਤੇ ਲੜਾਈ ਨੂੰ ਸਮਝਣਾ ਇੱਕ ਜਸਵੰਤ ਸਿੰਘ ਨੇ ਆਪਣੀ ਸਪੀਚ ਵਿੱਚ ਵੀ ਕਿਹਾ ਸੀਗਾ ਕਿ ਮੈਂ ਸਭ ਤੋਂ ਪਹਿਲਾਂ ਤਾਂ ਆਪਣੀ ਗੱਲ ਹੈ ਜਿਹੜੀ ਉਹ ਲੋਕ ਕਚਹਿਰੀਆਂ ਵਿੱਚ ਰੱਖੂੰਗਾ ਵੀ ਜਸਟਿਸ ਦੇ ਲਈ ਮੈਂ ਕੋਟਾਂ ਦਾ ਸਾਰਾ ਲਵਾਂਗਾ ਜੇ ਉਹਨਾਂ ਨੇ ਮੇਰੀ ਗੱਲ ਨਹੀਂ ਸੁਣੀ ਤੇ ਮੈਂ ਇਹ ਜਿਹੜੀ ਗੱਲ ਹੈ ਉਹ ਲੋਕ ਕਚਹਿਰੀ ਵਿੱਚ ਰੱਖੂੰਗਾ ਤੇ ਜੇ ਲੋਕ ਕਚਹਿਰੀ ਵਾਲਿਆਂ ਨੇ ਵੀ ਨਹੀਂ ਸੁਣਨਾ ਤੇ ਫੇਰ ਗੰਡੇ ਮੈਂ ਪ੍ਰਮਾਤਮਾ ਦੀਆਂ ਬਰੂਹਾਂ ਵਿੱਚ ਜਾਣ ਨੂੰ ਤਰਜੀਹ ਦਊਂਗਾ ਤੇ ਘਟਨਾ ਇਸੇ ਤਰ੍ਹਾਂ ਹੀ ਘਟੀ ਵੀ ਅੱਜ ਵੀ ਅਸੀਂ ਇਹੋ ਹੀ ਕਹਿੰਦੇ ਆਂ ਵੀ ਜਸਵੰਤ ਸਿੰਘ ਦੇ ਕਹਿਣ ਮੁਤਾਬਕ ਹੀ ਅਸੀਂ ਪਹਿਲਾਂ ਕੋਰਟਾਂ ਦੇ ਰੁਖ ਕੀਤੇ ਉੱਥੋਂ ਜਿੰਨਾ ਤੁਹਾਡੇ ਸਾਹਮਣੇ ਇਨਸਾਫ ਮਿਲਿਆ ਜਾਂ ਨਾ ਮਿਲਿਆ ਪਰ ਇਹਨਾਂ ਮੈਂ ਕਹਿ ਸਕਦੀ ਆਂ ਕਿ ਲੰਮੀ ਜਿਹੜੀ ਅਸੀਂ ਸਟਰਗਲ ਕੀਤੀ ਆ ਕੱਲੀ ਇਹ ਕੋਰਟਾਂ ਦੀ ਲੜਾਈ ਨਹੀਂ ਸੀ ਸਮਾਜ ਦੇ ਵਿੱਚ ਰਹਿ ਕੇ ਉਹਨਾਂ ਲੋਕਾਂ ਨਾਲ ਸੰਪਰਕ ਵਿੱਚ ਰਹਿਣਾ ਜਿਨ੍ਹਾਂ ਦੇ ਬੱਚੇ ਲਾਪਤਾ ਹੋਏ ਆ ਤੇ ਆਪਣੀ ਇਕਜੁੱਟਤਾ ਵਿਖਾਉਣੀ ਟੀਮ ਨੇ ਤੇ ਵਕੀਲਾਂ ਦੇ ਸਾਰੇ ਲੈ ਕੇ ਅਸੀਂ ਇੰਨੀ ਗੱਲ ਜ਼ਰੂਰ ਕਰ ਦਿੱਤੀ ਹੈ ਕਿ ਉਹ ਪੁਲਿਸ ਵਾਲੇ ਜਿਹੜੇ ਜਾਂ ਸਟੇਟ ਹੈ ਟੋਟਲ ਸਟੇਟ ਹੈ ਜਿੱਦੀ ਵੀ ਕੌਨਸਪੀਰੇਸੀ ਸੀਗੀ ਇਹ ਉਹਨਾਂ ਨੂੰ ਜ਼ਰੂਰ ਲੰਗਿਆਂ ਕੀਤਾ ਤੁਸੀਂ ਇੱਥੋਂ ਤੱਕ ਗੇਪੀਸ ਗੱਲ ਨੂੰ ਸਜ਼ਾ ਤਾਂ ਬੇਸ਼ੱਕ ਕੋਈ ਨਹੀਂ ਹੋਈ ਪਰ ਜੋ ਹਸ਼ਰ ਉਹਦਾ ਮੌਤ ਵੇਲੇ ਹੋਇਆ ਜਾਂ ਹੋਰ ਵੀ ਆਪਣੇ ਪੁਲਿਸ ਵਾਲੇ ਜਿਨ੍ਹਾਂ ਦੇ ਇਹ ਹਸ਼ਰ ਹੋਏ ਤੇ ਅੱਜ ਵੀ ਡੇਟ ਦੇ ਵਿੱਚ ਵੀ ਜਿਹੜੇ ਸੀਬੀਆਈ ਦੇ ਕੇਸ ਆ ਚੱਲ ਰਹੇ ਆ ਸਜਾਵਾਂ ਹੋ ਰਹੀਆਂ ਇਹ ਬੜੀ ਔਖੀ ਕਠਨ ਲੜਾਈ ਹੈ ਇੱਕ ਟੀਮ ਵੱਲੋਂ ਜਿਨ੍ਹਾਂ ਦਾ ਕੋਈ ਵਾਲਾ ਹੋਵੇ ਨਾ ਕੋਈ ਸੋਰਸ ਨਾ ਹੋ ਹੋਣ ਤੇ ਜਾਂ ਕੋਈ ਪੋਲੀਟੀਕਲ ਧੇਰ ਉਹਦਾ ਕਿਸੇ ਨੇ ਪੱਲਾ ਹੀ ਨਾ ਫੜਿਆ ਹੋਵੇ ਤੇ ਇੱਕ ਨੰਗੇ ਧੜ ਹੋ ਕੇ ਲੜਾਈ ਲੜੀ ਐ ਇਸ ਟੀਮ ਨੇ ਵੀ ਮੇਰਾ ਖਿਆਲ ਹੈ ਵੀ ਅਸੀਂ ਇਹ ਗਾਦ ਦਿੰਨੇ ਆ ਵਕੀਲਾਂ ਨੂੰ ਵੀ ਦਿੰਨੇ ਆ ਜਿਹੜੇ ਅੱਜ ਤੱਕ ਅਸੀਂ ਲੜਾਈ ਦੇ ਵਿੱਚ ਇਸ ਮਕਾਮ ਨੂੰ ਜਰੂਰ ਹਾਸਲ ਕਰ ਲਿਆ ਤੇ ਉਸ ਵੇਲੇ ਇੰਨਾ ਨਗਾਰ ਆਇਆ ਹੋਇਆ ਸੀ ਇਸ ਪੁਲਿਸ ਦੇ ਵਿੱਚ ਕਿ ਉਹਨਾਂ ਨੇ ਆਪਣੇ ਫੀਤੇ ਲਵਾਉਣ ਦੇ ਲਈ ਆਪਣੀਆਂ ਤਰੱਕੀਆਂ ਦੇ ਲਈ ਜਾਂ ਉਹਨਾਂ ਪਰਿਵਾਰਾਂ ਤੋਂ ਹੀ ਜਿਨ੍ਹਾਂ ਦੇ ਬੱਚੇ ਚੱਕੇ ਸੀ ਪੈਸੇ ਲੈਣ ਦੇ ਲਈ ਕਿੱਡੇ ਕਾਨੂੰਨੀ ਕੰਮ ਕੀਤੇ ਆ ਇਹ ਸਾਰਾ ਕੁਝ ਜੰਗ ਜਾਰ ਹੋ ਗਿਆ ਇਸ ਵੇਲੇ ਜੀ ਜੀ ਬਿਲਕੁਲ ਸੋ ਖਾਲੜਾ ਮਿਸ਼ਨ ਹੈਗਾ ਜਿਹੜਾ ਉਹਦੀ ਜੰਗ ਲਗਾਤਾਰ ਆਪਾਂ ਕਹਿ ਸਕਦੇ ਹਾਂ ਕਿ ਜਾਰੀ ਹੈ ਤੁਸੀਂ ਹੁਣੇ ਗੱਲ ਕੀਤੀ ਹੈ ਕਿ ਕਿਸੇ ਦੀ ਵੀ ਸਪੋਰਟ ਨਹੀਂ ਚਾਹੀਏ ਉਹ ਸਿਆਸੀ ਧਿਰ ਹੋਵੇ ਕੋਈ ਜਾਹੇ ਫਿਰ ਕੋਈ ਹੋਰ ਸਰਕਾਰ ਦੇ ਵੱਲੋਂ ਕੋਈ ਸਪੋਰਟ ਕਿਸੇ ਵੀ ਤਰ੍ਹਾਂ ਦੀ ਸਪੋਰਟ ਨਹੀਂ ਨੰਗੇ ਧੜ ਤੁਸੀਂ ਲੜਾਈ ਲੜੀ ਹੈ ਪਰ ਅੱਜ ਆਪਾਂ ਦੇਖਦੇ ਹਾਂ ਜਾਂ ਉਸ ਵੇਲੇ ਤਤਕਾਲੀ ਸਰਕਾਰਾਂ ਦੀ ਗੱਲ ਕਰ ਲਈਏ ਤੇ ਉਹਨਾਂ ਹੀ ਪਾਰਟੀਆਂ ਦੀ ਅੱਜ ਆਪਾਂ ਗੱਲ ਕਰ ਲਈਏ ਤਾਂ ਅੱਜ ਗੱਲ ਕੀਤੀ ਜਾਂਦੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਵੀ ਅੱਜ ਟਵੀਟ ਕੀਤਾ ਹੈ ਕਿ ਭਾਈ ਜਸਵੰਤ ਸਿੰਘ ਖਾਲੜਾ ਨੂੰ ਉਸ ਵਕਤ ਜਿਹੜਾ ਹੈਗਾ ਕਾਂਗਰਸ ਸਰਕਾਰ ਦੇ ਵੱਲੋਂ ਕੀਤੇ ਜ਼ੁਲਮਾਂ ਨੂੰ ਉਜਾਗਰ ਕਰਨ ਵਾਸਤੇ ਲਾਪਤਾ ਕਰ ਦਿੱਤਾ ਗਿਆ ਸੀ ਇਸ ਤੇ ਤੁਸੀਂ ਕੀ ਪ੍ਰਤੀਕਰਮ ਦਿੰਦੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਕੁਝ ਦਿਨ ਪਹਿਲਾਂ ਭਾਈ ਜਸਵੰਤ ਸਿੰਘ ਖਾਲੜਾ ਦੇ ਬਾਰੇ ਬਿਆਨ ਦਿੰਦੇ ਨੇ ਕੀ ਤੁਹਾਨੂੰ ਹੁਣ ਲੱਗਦਾ ਵੀ ਸਪੋਰਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਨਹੀਂ ਜੀ ਇਹ ਤਾਂ ਸਪ ਲੰਘ ਜਾਣ ਤੋਂ ਬਾਅਦ ਲਕੀਰ ਪੁੱਟਣ ਵਾਲੀ ਗੱਲ ਹੈ ਕੋਈ ਵੀ ਉਹਨਾਂ ਨੇ ਸਾਡੀ ਉਸ ਵੇਲੇ ਜਦੋਂ ਪੂਰੇ ਸਮਾਜ ਦੇ ਵਿੱਚ ਇੰਨੇ ਲੋਕ ਲਾਪਤਾ ਹੋਏ ਸੀਗੇ ਤੇ ਹਾਹਾਕਾਰ ਮੱਚੀ ਹੋਈ ਸੀ ਔਰ ਅਸੀਂ ਇਹਨਾਂ ਨੂੰ ਇਹ ਨਹੀਂ ਹੈ ਕਿ ਅਸੀਂ ਇਹਨਾਂ ਨੂੰ ਅਪਰੋਚ ਨਹੀਂ ਕੀਤਾ ਅਪਰੋਚ ਵੀ ਕੀਤਾ ਹੈ ਅਕਾਲੀ ਦਲ ਨੂੰ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਤਾਂ ਹੀ ਅਸੀਂ ਆਪਣਾ ਰਸਤਾ ਬਦਲਿਆ ਔਰ ਅਸੀਂ ਕੋਰਟਾਂ ਦੇ ਰਾਹ ਪੈ ਕੇ ਤੇ ਇਹ ਸੋਚਿਆ ਵੀ ਕਾਨੂੰਨ ਦੀ ਲੜਾਈ ਲੜਨਾ ਹੈ ਅਕਾਲੀ ਦਲ ਦਾ ਜੋ ਵੀ ਉਹਨਾਂ ਨੇ ਜੇ ਹੁਣ ਬਿਆਨ ਦਿੰਦੇ ਆ ਤੇ ਮੈਨੂੰ ਲੱਗਦਾ ਹੈ ਵੀ ਮੈਨੂੰ ਤਾਂ ਚੰਗਾ ਨਹੀਂ ਲੱਗੀ ਇਹ ਗੱਲ ਵੀ ਹੁਣ ਉਹਨਾਂ ਨੂੰ ਬਿਆਨ ਦੇਣ ਦੀ ਕੀ ਲੋੜ ਪੈਗੀ ਸਵੇ ਸਮੇਂ ਤੇ ਉਹ ਅਪਰੋਚ ਵੀ ਕਰਦੇ ਰਹਿੰਦੇ ਆ ਪਿਛਲੀ ਇਲੈਕਸ਼ਨ ਦੇ ਵਿੱਚ ਵੀ ਮੈਨੂੰ ਅਪਰੋਚ ਕੀਤਾ ਸੀ ਉਹਨਾਂ ਨੇ ਕਿ ਤੁਸੀਂ ਸਾਡੇ ਵੱਲੋਂ ਜਿਵੇਂ ਇਲੈਕਸ਼ਨ ਲੜ ਲਓ ਪਰ ਮੈਨੂੰ ਇਹਨਾਂ ਗੱਲਾਂ ਦੀ ਸਮਝ ਸਿਆਸੀ ਗੱਲ ਲੋਕ ਹੈ ਇਹ ਔਰ ਜਦੋਂ ਇਹਨਾਂ ਦੀ ਹੁਣ ਡਾਊਨਫਾਲ ਹੋਈ ਹੈ ਤੇ ਹੁਣ ਇਹਨਾਂ ਨੂੰ ਸ਼ਹੀਦ ਪਰਿਵਾਰ ਵੀ ਯਾਦ ਆਉਣਗੇ ਤੇ ਖਾਲਸਾ ਵੀ ਯਾਦ ਆਉਣਗੇ ਪਰ ਇਹ ਕੋਈ ਵਧੀਆ ਗੱਲ ਨਹੀਂ ਹੈ ਇਹਨਾਂ ਦੇ ਲਈ ਅਸੀਂ ਤਾਂ ਜਾਣੇ ਆ ਵੀ ਜਿਵੇਂ ਅਸੀਂ ਸਿਧਾਂਤ ਤੇ ਖੜਕੇ ਜ਼ਿੰਦਗੀ ਕੱਢੀ ਐ ਵੀ ਇਹ ਵੀ ਸਿਧਾਂਤ ਤਾਂ ਰੱਖਣ ਕੋਈ ਜੇ ਇਹਨਾਂ ਨੇ ਉਸ ਵੇਲੇ ਸਾਨੂੰ ਇਹ ਗੱਲ ਕਹੀ ਸੀ ਕਿ ਭੁੱਲ ਜੋ ਸਾਰੇ ਇਹ ਗੱਲਾਂ ਤੇ ਫਿਰ ਹੁਣ ਉਸੇ ਗੱਲ ਤੇ ਹੀ ਰਹਿਣ ਤੇ ਆਪਣੀ ਜਿਹੜੀ ਐ ਸਿਆਸਤ ਕਰਨ ਹੈ ਨਾ ਤੇ ਮੈਨੂੰ ਐਸੇ ਇਹ ਜਿਵੇਂ ਨਿੱਜੀ ਤੌਰ ਤੇ ਮੈਂ ਕਹਿੰਨੀ ਵੀ ਮੈਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਿ ਤੁਸੀਂ ਜਸਵੰਤ ਸਿੰਘ ਖਾਲੜਾ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸੈਕਟਰੀ ਸੀਗੇ ਹਿਊਮਨ ਰਾਈਟਸ ਵਿੰਗ ਦੇ ਤੇ ਤੁਸੀਂ ਉਹ ਸਾਰਾ ਕੁਝ ਤੇ ਪਿੱਛੇ ਸਾਨੂੰ ਵੇਖਣਾ ਹੀ ਪਏਗਾ ਨਾ ਵੀ ਤੁਸੀਂ ਅੱਜ ਤੱਕ ਕੀ ਕੀਤਾ ਹੈ ਹੁਣ ਖਾਲੀ ਬਿਆਨਨਾਮ ਤਾਂ ਕਿਸੇ ਦਾ ਕੋਈ ਟੈਡ ਨਹੀਂ ਭਰਨਾ ਤੇ ਕੋਈ ਨਹੀਂ ਇਹ politcal ਲੋਕ ਹੈ ਔਰ ਲੋਕ ਹੱਸਦੇ ਹੋਣਗੇ ਜਿਹੇ ਬਿਆਨ ਸੁਣ ਕੇ ਇਹਨਾਂ ਦੇ ਬਈ ਕਈ ਵੇਲੇ ਤਾਂ ਇਹ ਨਹੀਂ ਗਾ ਉਹ ਉਦੋਂ ਉਹ ਉਦੋਂ ਬੀਬੀ ਜੀ ਜਦੋਂ ਤੁਸੀਂ ਗਏ ਸੀਗੇ ਤੁਸੀਂ ਖੁਦ ਅਪਰੋਚ ਕੀਤੀ ਸੀ ਕਿੰਨਾਂ ਨੂੰ ਮਿਲੇ ਸੀ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੂੰ ਹਾਂਜੀ ਪ੍ਰਕਾਸ਼ ਸਿੰਘ ਬਾਦਲ ਨੂੰ ਮੈਂ ਖੁਦ ਮਿਲੀ ਸੀਗੀ ਔਰ ਇੱਕ ਵਾਰ ਹੀ ਨਹੀਂ ਅਸੀਂ ਕਈ ਕਈ ਵਾਰੀ ਸਟੇਜਾਂ ਤੇ ਵੀ ਜਿੱਥੇ ਉਹ ਸਾਨੂੰ ਪਤਾ ਲੱਗਦਾ ਸੀ ਉਹਨਾਂ ਨੇ ਜਾਣਾ ਉੱਥੇ ਵੀ ਚੱਲ ਜਾਂਦੇ ਸੀ ਜਿਹੜੀਆਂ 96 97 ਵਾਲੀਆਂ ਇਲੈਕਸ਼ਨਾਂ ਉਹ ਤੇ ਅਸੀਂ ਵਿੱਚ ਫਿਰਦੇ ਰਹੇ ਇਹਨਾਂ ਦੇ ਨਾਲ ਵੀ ਕੁਝ ਕਰੋ ਕੁਝ ਕਰੋ ਤੇ ਨਿੱਜੀ ਤੌਰ ਤੇ ਮੈਂ ਬਾਦਲ ਸਾਹਿਬ ਨੂੰ ਮਿਲੀ ਆ ਔਰ ਮੈਂ ਗਰਦੇਵ ਬਾਦਲ ਉਸ ਵੇਲੇ ਖੇਤੀਬਾੜੀ ਮੰਤਰੀ ਸੀਗਾ ਤੇ ਉਹਨਾਂ ਨੇ ਉਹਨਾਂ ਦੇ ਰਾਹੀਂ ਮੈਂ ਮਿਲੀ ਸੀਗੀ ਉਹਨਾਂ ਨੂੰ ਤੇ ਉਦੋਂ ਤਾਂ ਇਹ ਇਹ ਹੀ ਸੁਣਦੇ ਸੀ ਵੀ ਜੀ ਨੇ ਪਰ ਜਦੋਂ ਮੈਂ ਦੋ ਚਾਰ ਗੱਲਾਂ ਇਹਨਾਂ ਨੂੰ ਗੀਤੀਆਂ ਵੀ ਸਾਡਾ ਕੋਈ ਇਹੋ ਜਿਹਾ ਮਕਸਦ ਨਹੀਂ ਆ ਜੇ ਅਸੀਂ ਕੁਝ ਲੈਣ ਲੂਣ ਨਹੀਂ ਆਏ ਤੁਹਾਡੇ ਕੋਲੋਂ ਅਸੀਂ ਤੇ ਚਾਹੁੰਦੇ ਆ ਇਨਸਾਫ ਚਾਹੁੰਦੇ ਆ ਵੀ ਸਾਡੇ ਨਾਲ ਤੁਸੀਂ ਕੋਆਪਰੇਟ ਕਰੋ ਇਹੋ ਹੀ ਕਹਿੰਦੇ ਸੀ ਵੀ ਅਸੀਂ ਤੁਸੀਂ ਕੋਈ ਧਰਨਾ ਮਜਾਰਾ ਅਨਾਉਂਸ ਕਰੋ ਜਾਂ ਕੋਈ ਇਸ ਤਰ੍ਹਾਂ ਦਾ ਕਰੋ ਪਰ ਉਹਨਾਂ ਨੇ ਤਾਂ ਤੁਹਾਡੇ ਸਾਹਮਣੇ ਹੀ ਆ ਵੀ ਫਿਰ ਸਟੇਜਾਂ ਤੋਂ ਹੀ ਕਹਿਣਾ ਸ਼ੁਰੂ ਕਰਤਾ ਕਿ ਤੁਸੀਂ ਭੁੱਲ ਜੋ ਤੇ ਸਾਨੂੰ ਇੰਨੀ ਸਮਝ ਫਿਰ ਲੱਗ ਗਈ ਵੀ ਭੁੱਲ ਜੋ ਵਾਲੀ ਗੱਲ ਸਾਡੇ ਕੋਲੋਂ ਤੇ ਹੋਣੀ ਨਹੀਂ ਤੇ ਇਸ ਕਰਕੇ ਅਸੀਂ ਆਪਣਾ ਰਾਹ ਜਿਹੜਾ ਇਹਨਾਂ ਨੂੰ ਡਿਫਰੈਂਟ ਕਰ ਲਿਆ ਔਰ ਇਹਨਾਂ ਦਾ ਕਦੇ ਇਹਨਾਂ ਵੱਲ ਝੁਕਾਅ ਵੀ ਨਹੀਂ ਦਿਖਾਇਆ ਵੀ ਸਾਨੂੰ ਸ਼ਰੋਮੀ ਕਮੇਟੀ ਕੋਈ ਫਾਇਦਾ ਦੇਊਗੀ ਜਾਂ ਨਹੀਂ ਦੇਊਗੀ ਸ਼ਰੋਮੀ ਅਕਾਲੀ ਦਲ ਤੇ ਉਹਨਾਂ ਨੇ ਬੂਰੀ ਬਾਦਲ ਸਾਹਿਬ ਨੇ ਵੱਡੇ ਬਾਦਲ ਸਾਹਿਬ ਨੇ ਤੁਸੀਂ ਐਂਡ ਤੱਕ ਉਹਨਾਂ ਦੀ ਲਾਈਫ ਵੇਖੋ ਵੀ ਉਹਨਾਂ ਨੇ ਕਿੱਥੇ ਕੀ ਕੀਤਾ ਹੈ ਇਹਨਾਂ ਇਹਨਾਂ ਪਰਿਵਾਰਾਂ ਲਈ ਕੀ ਕਰਨਾ ਹੈ ਜੇ ਅੱਜ ਬੰਦੀ ਸਿੰਘਾਂ ਦੀ ਗੱਲ ਵੀ ਹੁੰਦੀ ਆ ਤੇ ਸਾਨੂੰ ਪਤਾ ਹੈ ਇਹਨਾਂ ਸਾਰੀਆਂ ਗੱਲਾਂ ਦਾ ਕਿ ਜਦੋਂ ਅਸੀਂ ਕੋਸ਼ਿਸ਼ ਕਰਦੇ ਸੀਗੇ ਕਿ ਦਵਿੰਦਰਪਾਲ ਭੁੱਲਰ ਨੂੰ ਅਮਰ ਸਰਵਿਸ ਸ਼ਿਫਟ ਕੀਤਾ ਜਾਵੇ ਤੇ ਇਹਨਾਂ ਨੇ ਐਫਿਡੇਵਿਟ ਦਿੱਤੇ ਸੀਗੇ ਕਿ ਪੰਜਾਬ ਦੇ ਹਾਲਾਤ ਖਰਾਬ ਹੋ ਜਾਣਗੇ ਤੇ ਅੱਜ ਇਹ ਹੱਸੋ ਹੋਈਆਂ ਗੱਲਾਂ ਆ ਜਿਹੜੀਆਂ ਇਹ ਕਰਦੇ ਆ ਤੇ ਸਾਨੂੰ ਤੇ ਹੁਣ ਲਾਈਫ ਦੇ ਵਿੱਚ ਅਸੀਂ ਸੋਚਦੇ ਆਂ ਵੀ ਜਿਹੜਾ ਪੈਰਾ ਅਸੀਂ ਪਹਿਲਾਂ ਦਿੱਤਾ ਸਿਧਾਂਤ ਤੇ ਸਾਨੂੰ ਉਹੀ ਦੇਣਾ ਚਾਹੀਦਾ ਰ ਅਸੀਂ ਉੱਥੇ ਹੀ ਰਵਾਂਗੇ ਇਹ ਸਾਡੀ ਕੋਸ਼ਿਸ਼ ਰ ਤੇ ਜੀ ਜੀ ਸੋ ਬੀਬੀ ਜੀ ਤੁਸੀਂ ਅਕਾਲੀ ਦਲ ਤੋਂ ਬਿਨਾ ਕਿਉਂਕਿ ਉਹਦੇ ਉਸ ਪਾਰਟੀ ਨਾਲ ਤਾਂ ਖੁਦ ਪਾਈ ਜਸਵੰਤ ਸਿੰਘ ਖਾਲੜਾ ਸੰਬੰਧ ਰੱਖਦੇ ਸੀ ਉਹਨਾਂ ਤੋਂ ਬਿਨਾ ਤੁਸੀਂ ਦੂਸਰੀ ਪਾਰਟੀ ਨੂੰ ਕਦੇ ਅਪਰੋਚ ਕੀਤਾ ਕਾਂਗਰਸ ਨੂੰ ਕਿਉਂਕਿ ਉਸ ਵਕਤ ਆ ਪੰਜਾਬ ਦੇ ਵਿੱਚ ਦੋ ਹੀ ਪਾਰਟੀਆਂ ਐਗਜ਼ਿਸਟ ਕਰਦੀਆਂ ਸੀ ਮੈਂ ਕਾਂਗਰਸ ਨੂੰ ਤੇ ਅਸੀਂ ਮੁੱਢੋਂ ਹੀ ਦੁਸ਼ਮਣ ਸਮ ਜਮਾਤ ਮੰਨਦੇ ਆ ਆਪਣੀ ਹੈਨਾ ਉਹਨਾਂ ਦਾ ਜਸਵੰਤ ਸਿੰਘ ਖਾਲੜਾ ਦਾ ਕਾਂਡ ਜਿਹੜਾ ਉਹ ਬਾਅਦ ਚ ਹੋਇਆ ਸੀ 84 ਤੋਂ ਹੀ ਉਹਨਾਂ ਨੂੰ ਜਦੋਂ ਅਕਾਲ ਤਖਤ ਸਾਹਿਬ ਤੇ ਹਮਲੇ ਹੋਏ ਆ ਤੇ 84 ਤੋਂ ਹੀ ਅਸੀਂ ਉਹਨਾਂ ਨੂੰ ਆਪਣੇ ਦੁਸ਼ਮਣ ਮੰਨ ਕੇ ਚੱਲਦੇ ਪਏ ਆ ਤੇ ਅੱਜ ਵੀ ਕੋਈ ਕੁਛ ਦੁੱਧ ਤੋਤਾ ਬਣੀ ਜਾਵੇ ਪਰ ਹੁਣ ਤੁਸੀਂ ਸਾਰੇ ਜਿੰਨੇ ਵੀ ਲੋਗੋ ਸਾਰੇ ਮੀਡੀਆ ਵਾਲੇ ਤੁਸੀਂ ਵੇਖ ਹੀ ਰਹੇ ਹੋ ਕਿ ਕਿੱਡੇ ਭੜੇ ਸਿਆਸੀ ਗੱਠਜੋੜ ਹੋਣ ਦੀਆਂ ਸੰਭਾਵਨਾਵਾਂ ਬਣ ਰਹੀਆਂ ਪਰ ਅਸੀਂ ਲੋਕਾਂ ਜਿਹੜੇ ਅਸੀਂ ਆਪਣੀ ਗੱਲ ਤੋਂ ਪਿੱਛੇ ਨਹੀਂ ਹਟ ਸਕਦੇ ਅਸੀਂ ਕਿਵੇਂ ਕਾਂਗਰਸ ਨਾਲ ਤਾਂ ਅਸੀਂ ਸੋਚ ਵੀ ਨਹੀਂ ਸਕਦੇ ਕਿ ਸਾਡਾ ਕੋਈ ਗੱਠਜੋੜ ਕਦੇ ਹੋ ਸਕਦਾ ਹੈ ਤੇ ਕਾਲੀ ਹੋਣਾ ਕੋਈ ਜੋ ਨਾ ਨਹੀਂ ਹੈ ਪਰ ਕਾਲੀ ਦਲ ਦਾ ਤਾਂ ਬੇੜਾ ਹੀ ਇਹਨਾਂ ਨੇ ਬਿਠਾ ਦਿੱਤਾ ਹੈ ਜਿੰਦੂ ਦੇ ਬਾਦਲ ਸਾਹਿਬ ਨੇ ਇਹਨਾਂ ਚੀਜ਼ਾਂ ਚ ਸਿਰਫ ਰਾਜ ਕਰਨਾ ਕਿ ਸਾਨੂੰ ਵੱਧੀ ਚਾਹੀਦੀ ਕੁਰਸੀ ਚਾਹੀਦੀ ਉਹਦੇ ਬਦਲੇ ਇਹਨਾਂ ਨੇ ਸਾਰਾ ਕੁਝ ਵਾਰਤਾ ਇਹਨਾਂ ਨੇ ਕੋਈ ਛੱਡਿਆ ਹੀ ਨਹੀਂ ਕੋਈ ਸਿਧਾਂਤ ਕੋਈ ਤੇ ਅੱਜ ਵੀ ਤਰਲੁਮੱਛੀ ਹੋ ਰਹੇ ਆ ਵੀ ਕਿਵੇਂ ਨਾ ਕਿਵੇਂ ਰਾਜ ਸੱਤਾ ਸਾਨੂੰ ਮਿਲ ਜਾਵੇ ਪਰ ਪ੍ਰਮਾਤਮਾ ਦੇਖਦਾ ਹੈ ਕਿ ਸਚਾਈ ਜਿਹੜੀ ਆ ਉਹ ਹੁਣ ਇਹਨਾਂ ਨੂੰ ਕਬੂਲ ਲੈਣੀ ਚਾਹੀਦੀ ਆ ਮੇਰੇ ਹਿਸਾਬ ਨਾਲ ਤਾਂ ਅਕਾਲੀ ਦਲ ਦਾ ਹੁਣ ਸਮਾਪਤੀ ਵੱਲ ਨੂੰ ਵੱਧ ਰਿਹਾ ਹੈ ਤੇ ਪਰਮਾ ਕਰੇ ਕੋਈ ਚੰਗੇ ਦਿਨ ਹੋਣ ਕੌਮ ਦੇ ਤੇ ਅਸੀਂ ਫੇਰ ਸੋਚ ਗਏ ਵੀ ਕੋਈ ਕਿਸੇ ਤਰ੍ਹਾਂ ਜਿਹੜੇ ਚੰਗੇ ਹਾਲਾਤ ਆ ਜਿਹੜੇ ਪੰਜਾਬ ਦੇ ਜਾਂ ਜਿਹੜੀਆਂ ਨਾ ਅਨਸਾਫੀਆਂ ਹੋਈਆਂ ਪੰਜਾਬ ਚ ਉਹਨਾਂ ਦਾ ਕਿਤੇ ਨਾ ਕਿਤੇ ਹਿਸਾਬ ਜਿਹੜਾ ਸਾਨੂੰ ਮਿਲ ਜਾਵੇ ਹਾਂਜੀ ਤੇ ਬੀਬੀ ਜੀ ਤੁਸੀਂ ਭਾਰਤ ਦੀ ਪੋਲਿਟਿਕਸ ਦੇ ਵਿੱਚ ਪੈਰ ਧਰਨਾ ਚਾਹਿਆ ਸੀਗਾ ਪੰਜਾਬ ਦੇ ਰਾਹੀਂ ਔਰ ਤੁਹਾਨੂੰ ਸਪੋਰਟ ਵੀ ਬਹੁਤ ਮਿਲੀ ਮੇਰੇ ਮੁਤਾਬਿਕ ਜੇ ਮੈਂ ਨਿੱਜੀ ਤੌਰ ਤੇ ਦੇਖਾ ਤਾਂ ਬਹੁਤ ਵੱਡੀ ਸਪੋਰਟ ਲੋਕਾਂ ਨੇ ਕੀਤੀ ਸੀ ਠੀਕ ਹੈ ਜਿੱਤ ਹਾਸਲ ਨਹੀਂ ਹੋ ਸਕੀ ਪਰ ਉਸ ਤੋਂ ਬਾਅਦ ਤੁਹਾਡੀ ਸਰਗਰਮੀ ਹੈ ਜਿਹੜੀ ਉਹ ਬਿਲਕੁਲ ਨਹੀਂ ਦਿਖੀ ਤੁਸੀਂ ਜਿਹੜਾ ਹੈਗਾ ਭਵਿੱਖ ਦੇ ਵਿੱਚ ਕਦੇ ਫੇਰ ਸੋਚਦੇ ਹੋ ਖੇਤਰੀ ਸਿਆਸਤ ਦੇ ਵਿੱਚ ਜਾਂ ਫਿਰ ਜਿਹੜਾ ਕੌਮੀ ਸਿਆਸਤ ਦੇ ਵਿੱਚ ਆਉਣ ਦੇ ਲਈ ਅਵੇਖੋ ਜੀ ਜਿਹੜੀ ਮੇਰੀ ਉਹ ਇਲੈਕਸ਼ਨ ਸੀਗੀ 19 ਵਾਲੀ ਉਹ ਸਿਰਫ ਇੱਕ ਮੁੱਦਾ ਸੀਗਾ ਜਿਹੜਾ ਬਿਲਕੁਲ ਗਾਇਬ ਹੋ ਰਿਹਾ ਸੀਗਾ ਤੇ ਅਸੀਂ ਇਲੈਕਸ਼ਨ ਇਸ ਲਈ ਨਹੀਂ ਲੜਦੇ ਕਿ ਅਸੀਂ ਕੋਈ ਪੋਲੀਟੀਕਲ ਹੋਵੇ ਕੋਈ ਸਿਆਸੀ ਲਾਹੇ ਲੈਣੇ ਆ ਜਾਂ ਅਸੀਂ ਕੋਈ ਪਰ ਇੱਕ ਲਾ ਬਾਸਲਾਸ਼ਾਂ ਦਾ ਜਿਹੜਾ ਸੱਚ ਹੈ ਜਾਂ 1984 ਤੋਂ ਲੈ ਕੇ ਜੋ ਨਸਲ ਖੁਸ਼ੀ ਹੋਈ ਹੈ ਜੇ ਅਸੀਂ ਇਸ ਨੂੰ ਭਲਾ ਕੇ ਗਲੀਆਂ ਨਾਲੀਆਂ ਤੇ ਹੀ ਆ ਜਾਵਾਂਗੇ ਤਾਂ ਗੱਲ ਨਹੀਂ ਬਣਨੀ ਕਿਉਂਕਿ ਇੱਥੇ ਕਤਲਿਆਮ ਹੋਇਆ ਤੇ ਉਹ ਕਤਲਿਆਮ ਨੂੰ ਨਸ਼ਰ ਕਰਨ ਦੇ ਲਈ ਔਰ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਉਸ ਵੇਲੇ ਮੈਨੂੰ ਲੱਗਦਾ ਹੈ ਕਿ ਸਾਰੀਆਂ ਸੀਟਾਂ ਜਿਹੜੀਆਂ ਉਹ ਪ੍ਰਭਾਵਿਤ ਹੋਈਆਂ ਸੀਗੀਆਂ ਆਪਣੀ ਇਲੈਕਸ਼ਨ ਲੜਨ ਦੇ ਨਾਲ ਅਗਾਹ ਕੀ ਹੋਣਾ ਕੀ ਨਹੀਂ ਹੋਣਾ ਜਿਹੜੇ ਆ ਅੱਜ ਕੱਲ੍ਹ ਸਿਆਸੀ ਗੱਠ ਜੋੜ ਬਣਦੇ ਫਿਰਦੇ ਆ ਕਾਂਗਰਸ ਦੇ ਆਪ ਦੇ ਜਿਹੜੇ ਸਿਰਫ ਇੱਕ ਸੱਤਾ ਦੇ ਲਾਲਚ ਦੇ ਲਈ ਇਹ ਸਾਰਾ ਕੁਝ ਹੋ ਰਿਹਾ ਹੈ ਉਹਦੇ ਆਪਾਂ ਨੂੰ ਕਦੇ ਮਨਜ਼ੂਰ ਨਹੀਂ ਹੋਊਗਾ ਪਰ ਜੇ ਉਮੀਕਾਰ ਜੇ ਕੋਈ ਜਿਹਦੇ ਵਿੱਚ ਆਪਾਂ ਨੂੰ ਲੱਗਦਾ ਹੈ ਕਿ ਇਹਦੇ ਵਿੱਚ ਜਿਹੜਾ ਸਿਧਾਂਤ ਹੈ ਉਹ ਬਚਿਆ ਰਹਿੰਦਾ ਤਾਂ ਸ਼ੇਰ ਅਸੀਂ ਹਮੇਸ਼ਾ ਹੀ ਅਸੀਂ ਸੋਚਦੇ ਹਾਂ ਕਿ ਸਾਨੂੰ ਕੌਮ ਦੇ ਅਸੀਂ ਜੇ ਜ਼ਿੰਦਗੀ ਜਸਵੰਤ ਸਿੰਘ ਨੇ ਆਪਣੀ ਲੇਖ ਲਾਈ ਹੈ ਤੇ ਸਾਡੀ ਵੀ ਮਗਰ ਉਸੇ ਤਰ੍ਹਾਂ ਹੀ ਤੁਰੀ ਆਉਂਦੀ ਹੈ ਤੇ ਅਸੀਂ ਗੱਲ ਤਾਂ ਕਰਦੇ ਰਹਾਂਗੇ ਪਰ ਇਲੈਕਸ਼ਨ ਮੇਰਾ ਮੁੱਦਾ ਨਹੀਂ ਹੈ ਕਿ ਮੈਂ ਇਲੈਕਸ਼ਨ ਲੜ ਕੇ ਕੋਈ ਸਿਆਸੀ ਲਾਹ ਲੈਣਾ ਇਹ ਮੇਰਾ ਕੋਈ ਮਕਸਦ ਨਹੀਂ ਹੈ वैसे ਤੁਸੀਂ ਪੰਜਾਬ ਤੋਂ ਦੂਰ ਬੈਠੇ ਪੰਜਾਬ ਦੇ ਵਿੱਚ ਤੁਸੀਂ ਕੀ ਦੇਖ ਰਹੇ ਹੋ ਅੱਜ ਜਿਵੇਂ ਆਪਾਂ ਦੇਖਦੇ ਹਾਂ ਕਿ ਪੰਜਾਬ ਦੀ ਬਰਬਾਦੀ ਹੋ ਰਹੀ ਹੈ ਬਹੁਤ ਸਾਰੇ ਪੱਖਾਂ ਤੋਂ ਚਾਹੇ ਆਪਾਂ ਹੁਣੇ ਮੌਜੂਦਾ ਇਹ ਹੜ੍ਹਾਂ ਦੀ ਗੱਲ ਕਰ ਲਈਏ ਜਿਹੜੇ ਕਿ 100% ਆਪਾਂ ਕੁਦਰਤੀ ਨਹੀਂ ਕਹਿ ਸਕਦੇ ਉਸ ਤੋਂ ਬਾਅਦ ਨੌਜਵਾਨਾਂ ਦਾ ਜਿਹੜਾ ਪ੍ਰਵਾਸ ਹੋ ਰਿਹਾ ਵਿਦੇਸ਼ਾਂ ਨੂੰ ਉਹਦੀ ਗੱਲ ਕਰ ਲਈਏ ਨਸ਼ਿਆਂ ਦੀ ਗੱਲ ਕਰ ਲਈਏ ਅਸੀਂ ਪੰਜਾਬ ਦੇ ਵਿੱਚ ਬੈਠੇ ਆ ਸੱਚਮੁੱਚ ਪਿੰਡ ਖਾਲੀ ਹੋ ਰਹੇ ਨੇ ਦੇਖ ਕੇ دل ਕੰਬ ਜਾਂਦਾ ਵੀ ਆਖਿਰਕਾਰ ਪੰਜਾਬ ਦੇ ਵਿੱਚ ਰਹੂਗਾ ਕੌਣ ਇਸ ਤਰੀਕੇ ਦੇ ਨਾਲ ਤਾੜਾਂ ਦੀਆਂ ਤਾੜਾਂ ਨੇ ਜਿਹੜੀਆਂ ਉਹ ਬਾਹਰ ਨੂੰ ਜਾ ਰਹੀਆਂ ਨੇ ਤੇ ਪੰਜਾਬ ਦੀ ਸਿਆਸਤ ਹੈ ਜਿਹੜੀ ਉਹ ਕੀ ਕਰ ਰਹੀ ਹੈ ਤੁਸੀਂ ਕੀ ਸਮਝਦੇ ਹੋ ਕਿ ਪੰਜਾਬ ਦੇ ਕਿਹੜੇ ਮੁੱਦਿਆਂ ਤੇ ਅੱਜ ਕੰਮ ਹੋਣਾ ਚਾਹੀਦਾ ਪੰਜਾਬ ਨੂੰ ਕਿਸ ਨਜ਼ਰ ਦੇ ਨਾਲ ਤੁਸੀਂ ਅੱਜ ਦੇਖਦੇ ਹੋ ਕੀ ਕਿਵੇਂ ਡਿਫਾਈਨ ਕਰੋਗੇ ਨਹੀਂ ਜੀ ਮਾਈਗ੍ਰੇਸ਼ਨ ਤਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ ਤੇ ਮਾਈਗ੍ਰੇਸ਼ਨ ਕੋਈ ਨਵਾਂ ਰੁਝਾਨ ਵੀ ਨਹੀਂ ਹੈ ਵੀ ਜਦੋਂ ਕਿਸੇ ਦਾ ਇੱਥੇ ਫਿਊਚਰ ਕਿਸੇ ਨੂੰ ਦਿਸ ਨਹੀਂ ਰਿਹਾ ਤੇ ਉਹਨਾਂ ਨੇ ਬੱਚਿਆਂ ਨੇ ਹੋਰ ਕੀ ਕਰਨਾ ਹੈ ਕਿੱਧਰ ਜਾਣ ਆਉਣਾ ਉਹਨਾਂ ਕੋਲੇ ਕੋਈ ਬਚਦਾ ਹੈ ਕਿ ਉਹ ਆਪਣੇ ਟੈਲੈਂਟ ਦੇ ਨਾਲ ਉਹ ਬਾਹਰ ਚਲੇ ਜਾਣ ਤੇ ਉੱਥੇ ਆਪਣੀ ਕਿਰਤ ਕਮਾਈ ਕਰਨ ਤੇ ਆਪਣੀ ਜ਼ਿੰਦਗੀ ਬਸਰ ਕਰਨ ਹੁਣ ਜਿਹੜੇ ਇੱਥੇ ਬੈਠੇ ਆ ਉਹਨਾਂ ਨੂੰ ਨਾ ਚਾਹੁੰਦੇ ਹੋਏ ਵੀ ਉਹ ਨਸ਼ਿਆਂ ਦੇ ਵਿੱਚ ਗ੍ਰਸਤ ਹੋ ਰਹੇ ਆ ਇਹ ਸਿਆਸੀ ਲੋਕਾਂ ਦਾ ਤਾਂ ਤੁਹਾਨੂੰ ਪਤਾ ਹੀ ਆ ਕਿ ਸਿਆਸੀ ਲੋਕ ਕੀ ਚਾਹੁੰਦੇ ਉਹ ਤਾਂ ਚਾਹੁੰਦੇ ਆ ਕਿ ਟੈਲੈਂਟ ਕੋਈ ਰਵੇ ਹੀ ਨਾ ਇੱਥੇ ਤੇ ਚੰਗੇ ਇੰਟੈਲੀਜੈਂਟ ਜਿਹੜੀ ਸਾਰੀ ਆਪਣਾ ਗੇਡਰ ਉਹ ਸਾਰਾ ਬਾਹਰ ਜਾ ਰਿਹਾ ਹੈ ਪਹੁੰਚ ਗਿਆ ਹੈ ਜਾ ਕੀ ਰਿਹਾ ਪਹੁੰਚ ਹੀ ਰਿਹਾ ਪਹੁੰਚ ਹੀ ਗਿਆ ਤੇ ਇਹਨੂੰ ਰੋਕਣਾ ਮੇਰਾ ਖਿਆਲ ਤਾਂ ਹੀ ਰੁਕ ਸਕਦਾ ਕਿ ਕੋਈ ਚੰਗੀ ਸਰਕਾਰ ਚੰਗੀਆਂ ਨੀਤੀਆਂ ਲੈ ਕੇ ਆਵੇ ਹੁਣ ਸੈਂਟਰ ਸਰਕਾਰ ਦੇ ਤੇ ਮਨਸ਼ੇ ਹੀ ਕੁਝ ਹੋਰ ਹੈ ਤੇ ਜੇ ਪੰਜਾਬ ਦੇ ਵਿੱਚ ਵੀ ਕੋਈ ਸਿਆਸੀ ਤਰ ਮੈਨੂੰ ਤਾਂ ਇਸ ਵੇਲੇ ਕੋਈ ਦਿਸਦੀ ਨਹੀਂ ਗਈ ਸਾਰੇ ਜਿਹੜੇ ਆ ਉਹ ਇਸ ਗੱਲ ਤੇ ਹੀ ਹੈ ਵੀ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਆਪ ਹੈ ਕਿਵੇਂ ਆਪਦੀ ਇੰਤਜ਼ਰੀਆਂ ਪੜਨੀਆਂ ਤੇ ਕਿਵੇਂ ਉਹਨਾਂ ਨੂੰ ਲੋਕਾਂ ਦੀ ਕੋਈ ਫਿਕਰ ਨਹੀਂ ਹੈਗਾ ਜੇ ਹੁਣ ਹੜ੍ਹਾਂ ਦਾ ਮਸਲਾ ਹੈ ਜਾਂ ਕੋਈ ਹੋਰ ਮਸਲੇ ਆ ਆਪਣੇ ਪੰਜਾਬ ਦੇ ਵਿੱਚ ਲੋਕ ਆਪਣੇ ਆਪ ਅੱਗੇ ਆ ਕੇ ਮਦਦ ਕਰ ਰਹੇ ਆ ਇੱਕ ਦੂਜੇ ਦੀ ਪਰ ਸਰਕਾਰਾਂ ਇਹ ਸਿਰਫ ਇੱਕ ਬਿਆਨਬਾਜ਼ੀ ਆ ਐਲਾਨਬਾਜ਼ੀ ਆ ਤੇ ਉਹਨੂੰ ਲੱਗਦਾ ਹੈ ਤੇ ਮੈਨੂੰ ਤਾਂ ਕਈ ਵਾਰੀ ਲੱਗਦਾ ਵੀ ਹੁਣ ਤੇ ਰੱਬ ਹੀ ਰੱਖਾ ਹੈ ਸਾਰਿਆਂ ਦਾ ਵੀ ਜਿਹੜੇ ਅਸਲ ਮੁੱਦੇ ਆ ਉਹ ਤਾਂ ਵਿਸਰੇ ਵਿਸਰੇ ਆ ਜਿਹੜੇ ਆਮ ਰੋਟੀ ਰੋਜੀ ਦੇ ਮਸਲੇ ਆ ਜਾਂ ਹੁਣ ਹੜਾਂ ਦੇ ਨਾਲ ਜਿੰਨੇ ਲੋਕ ਪ੍ਰਭਾਵਿਤ ਹੋਇਆ ਉਹਨਾਂ ਦਾ ਕੀ ਹੱਲ ਹੋਊਗਾ ਸੈਂਟਰ ਸਰਕਾਰ ਇਸ ਲਈ ਮਸਲੇ ਸਾਡੇ ਹੱਲ ਨਹੀਂ ਕਰਦੀ ਕਿ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਨਹੀਂ ਹੈਗੀ ਉਹ ਲੋਕਾਂ ਨੂੰ ਭੁੱਖੇ ਮਰਦਿਆਂ ਵੇਖ ਕੇ ਇਹ ਕਰ ਰਹੀ ਹੈ ਔਰ ਜਿਹੜੇ ਟਬੂਸੀਆਂ ਮਾਰ ਮਾਰ ਕੇ ਸਾਡੇ ਸਿੱਖ ਭਾਈ ਜਿਹੜੇ ਉਹ ਭਾਜ-ਪਾਚ ਜਾ ਰਹੇ ਆ ਕੋਈ ਸਾਂਝ ਨਹੀਂ ਲੱਗਦੀ ਕਿ ਲੋਕਾਂ ਦੀ ਮਾਨਸਿਕਤਾ ਕੀ ਹੋ ਗਿਆ ਹੈ ਅਸੀਂ ਤਾਂ ਮੁੱਢੋਂ ਕਹਾਣੀ ਸ਼ੁਰੂ ਕਰਨ ਨੂੰ ਫਿਰਦੇ ਆ ਕਿ ਪਹਿਲਾਂ ਇਨਸਾਨੀਅਤ ਹੈ ਪਹਿਲਾਂ ਸਾਡਾ ਜੀਵਨ ਦਾ ਹੱਕ ਹੈ ਬੋਲਣ ਦਾ ਵੀ ਬਾਅਦ ਚ ਹੈ ਪਹਿਲਾਂ ਜੀਵਨ ਦਾ ਹੱਕ ਹੈ ਸਾਡੇ ਕੋਲ ਤੇ ਉਹ ਵੀ ਹੋ ਲਿਆ ਇਹਨਾਂ ਨੇ ਵੀ ਤੁਸੀਂ ਜਿਉਂ ਵੀ ਨਹੀਂ ਸਕਦੇ ਜਿਹਨੂੰ ਮਰਜੀ ਤੁਸੀਂ ਜੇਲ੍ਹ 'ਚ ਸੁੱਟ ਸਕਦੇ ਜਿਹਨੂੰ ਤੁਸੀਂ ਮਰਜੀ ਮਾਰ ਸਕਦੇ ਉਹ ਝੂਠੇ ਆ ਕਿੰਨੀਆਂ ਇਨਸੀਡੈਂਟ ਹੋਏ ਆ ਆਪਣੇ ਪੰਜਾਬ ਦੇ ਵਿੱਚ ਤੁਸੀਂ ਭਾਵੇਂ ਦੀਪ ਸਿੱਧੂ ਦਾ ਮਸਲਾ ਲੋਕ ਕਿਵੇਂ ਲੈ ਰਹੇ ਆ ਜਾਂ ਅਮਰਤਪਾਲ ਦਾ ਮਸਲਾ ਹੈ ਜਾਂ ਕੋਈ ਗੱਲ ਕਰਨ ਵਾਲਾ ਤੇ ਰਿਆ ਨਹੀਂ ਰਹਿਣ ਨਹੀਂ ਦਿੰਦੇ ਕਿਸੇ ਨੂੰ ਇਹ ਤੇ ਜਾਈਦਾ ਇਹ ਆ ਕਿ ਹੁਣ ਮੁੱਢੋਂ ਸੁਣਨ ਕਹਾਣੀ ਐਵੇਂ ਤਾਂ ਨਿਬੜਨੀ ਨਹੀਂ ਗੱਲ ਕਿ ਅਸੀਂ ਇਹ ਸੋਚ ਕੇ ਬੈਠੇ ਰਹੀਏ ਵੀ ਚਲੋ ਜੋ ਹੋ ਵੇਖੀ ਜਾਈਏ ਕਿਸੇ ਨੂੰ ਕਿਸੇ ਨੂੰ ਇਹ ਗੱਲ ਸ਼ੁਰੂ ਕਰਨੀ ਪਊਗੀ ਕਿ ਪੰਜਾਬ ਨੂੰ ਬਚਾਉਣਾ ਗੇ ਨਹੀਂ ਕੱਲੀਆਂ ਜੀ ਜੀ ਬਿਲਕੁਲ ਸੋ ਜਿਹੜਾ ਇੱਕ ਗੱਲਾਂ ਕੱਟੇ ਹਾਂਜੀ ਰਿਵਰਸ ਮਾਈਗ੍ਰੇਸ਼ਨ ਬਾਰੇ ਮੈਂ ਪੁੱਛਣਾ ਚਾਹੁੰਦੀ ਸੀ ਕਿ ਮਾਈਗ੍ਰੇਸ਼ਨ ਤੁਸੀਂ ਕਹਿਆ ਕਿ ਸ਼ੁਰੂ ਤੋਂ ਹੁੰਦੀ ਆਈ ਹੈ ਪਰ ਜਿਹੜਾ ਹੈਗਾ ਮਾਈਗ੍ਰੇਸ਼ਨ ਮੈਨੂੰ ਲੱਗਦਾ ਹੈ ਕਿ ਕੋਈ ਹੱਲ ਨਹੀਂ ਹੈ ਉੱਥੇ ਬੈਠੇ ਅਸੀਂ ਪੰਜਾਬ ਦੇ ਲਈ ਸ਼ਾਇਦ ਉਹ ਚੀਜ਼ ਨਹੀਂ ਕਰ ਸਕਦੇ ਜੋ ਇੱਥੇ ਰਹਿ ਕੇ ਕਰ ਸਕਦੇ ਹਾਂ ਜੋ ਇੱਥੋਂ ਦੇ ਸਿਸਟਮ ਦੇ ਵਿੱਚ ਵੜ ਕੇ ਕਰ ਸਕਦੇ ਹਾਂ ਸੋ ਰਿਵਰਸ ਮਾਈਗ੍ਰੇਸ਼ਨ ਬਾਰੇ ਤੁਸੀਂ ਕੀ ਕਹੋਗੇ ਕਿਉਂਕਿ ਇਹ ਵੀ ਹੁਣ ਸ਼ੁਰੂ ਹੋ ਚੁੱਕੀ ਹੈ ਤੇ ਕਾਫੀ ਚੰਗੀ ਗੱਲ ਇਸ ਨੂੰ ਕਿਹਾ ਜਾ ਰਿਹਾ ਹੈ ਕੁਝ ਬਹੁਤ ਹੀ ਆਪਾਂ ਕਹਿ ਸਕਦੇ ਹੇਠਲੇ ਪੱਧਰ ਤੋਂ ਸ਼ੁਰੂ ਹੋਈ ਹੈ ਹਲੇ ਤਾਂ ਨੇ ਤਾਂ ਗਿਣਤੀ ਦੇ ਹੀ ਕੁਝ ਲੋਕ ਐ ਜਿਹੜੇ ਸੋਚਦੇ ਆ ਵੀ ਸਾਨੂੰ ਪੰਜਾਬ ਜਾਣਾ ਚਾਹੀਦਾ ਤੇ ਪਰ ਮੇਰਾ ਖਿਆਲ ਵੀ ਮੈਂ ਆਪਣੇ ਨਿੱਜੀ ਤਜਰਬੇ ਤੋਂ ਕਹਿੰਨੀ ਹੁਣ ਮੇਰੇ ਬੱਚੇ ਹੀ ਦੋਨੋਂ ਬਾਹਰ ਐ ਤੇ ਜੇ ਮੈਂ ਉਹਨਾਂ ਨੂੰ ਕਹਾਂ ਵੀ ਤੁਸੀਂ ਰਿਵਰਸ ਪੰਜਾਬ ਆਜੋ ਤੇ ਮੈਨੂੰ ਤਾਂ ਲੱਗਦਾ ਨਹੀਂ ਐ ਵੀ ਉਹ ਕਹਿਣਗੇ ਵੀ ਅਸੀਂ ਆ ਜਾਵਾਂਗੇ ਹਨਾ ਉਹ ਹੁਣ ਜਿਹੜੇ ਬੱਚੇ ਉੱਥੇ ਚੱਲ ਗਏ ਆ ਬਾਹਰ ਉਹ ਸਿਸਟਮ ਸਿੱਖ ਗਏ ਆ ਸਿਸਟਮ 'ਚ ਵੜ ਗਏ ਆ ਉਹਨਾਂ ਨੇ ਅਡਾਪਟ ਕਰ ਲਿਆ ਸਿਸਟਮ ਨੂੰ ਚੰਗੀਆਂ ਮਾੜੀਆਂ ਨੌਕਰੀਆਂ ਫਿਰ ਵੀ ਇੱਥੇ ਲਾਅਨਡ ਆਰਡਰ ਤਾਂ ਹੈ ਹੀ ਨਾ ਹੋ ਤਾਂ ਛੱਡੋ ਸਾਰਾ ਕੁਝ ਕਿਸੇ ਨੂੰ ਇਹ ਤਾਂ ਫਿਕਰ ਨਹੀਂ ਨਾ ਵੀ ਬੰਦਾ ਚੱਕ ਲਾਪਤਾ ਕਰ ਦੇਣਗੇ ਤੇ ਮੁੜ ਕੇ ਉਹਦੀ ਕੋਈ ਸਚਾਈ ਪਤਾ ਨਹੀਂ ਲੱਗੂਗਾ ਤੇ ਇਹ ਮਾਰੀ ਦੀਆਂ ਜਾ ਰਹੇ ਆ ਬੱਚੇ ਕੋਈ ਆਇਂਦਾ ਨਹੀਂ ਕਿ ਵੀ ਉਹਨਾਂ ਦਾ ਕਿਸੇ ਦਾ ਜੀ ਕਰਦਾ ਜਾਂ ਮਾਪਿਆਂ ਦਾ ਜੀ ਕਰਦਾ ਵੀ ਇੰਨੀ 25 25 30 30 ਲੱਖ ਰੁਪਈਆ ਕਿਵੇਂ ਅਰੇਂਜ ਕਰਦੇ ਆ ਕਿਵੇਂ ਉਹ ਉਹਨਾਂ ਨੂੰ ਭੇਜਦੇ ਆ ਹਨਾ بے شک اسی ਸਾਡੀ માનસਿਕਤਾ ਤਾਂ ਇਹ ਕਹਿੰਦੀ ਆ ਵੀ ਨਹੀਂ ਬੱਚਿਆਂ ਨੂੰ ਜਾਣਾ ਚਾਹੀਦਾ ਪਰ ਇੱਥੇ ਤਾਂ ਦੱਸੋ ਫਿਊਚਰ ਕੀ ਹੈ ਬੱਚਿਆਂ ਦਾ ਹੂੰ ਬਿਲਕੁਲ ਬਿਲਕੁਲ ਫਿਊਚਰ ਕੋਈ ਇਸ ਦਾ ਕੋਈ ਨਹੀਂ ਬਤਾ ਫੇਰ ਹੀ ਹੈ ਨਾ ਫੇਰ ਹੀ ਬੱਚੇ ਟਿਕਣਗੇ ਫੇਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਇੱਥੇ ਪੜਾਈਆਂ ਵੀ ਇੰਨੀਆਂ ਮਹਿੰਗੀਆਂ ਤੇ ਉੱਥੇ ਰੁਜ਼ਗਾਰ ਵੀ ਇੱਥੇ ਕੋਈ ਨਹੀਂ ਹੈਗਾ ਕਿ ਬੱਚੇ ਫਿਰ ਨਸ਼ਿਆਂ ਵੱਲ ਹੀ ਜਾਣਗੇ ਬੱਚੇ ਫਿਰ ਮਾਰੇ ਕੰਮਾਂ ਵਾਲੀ ਜਾਣਗੇ ਤੇ ਫਿਰ ਪੇਰੈਂਟਸੇ ਉਹੀ ਸੋਚਦੇ ਆ ਵੀ ਕਿਉਂ ਨਾ ਫਿਰ ਇਹਨਾਂ ਨੂੰ ਉੱਥੇ ਜਾ ਕੇ ਆਪਣੀ ਮਿਹਨਤ ਮਜ਼ਦੂਰੀ ਕਰਨ ਹੈ ਤਾਂ ਮਿਹਨਤ ਮਜ਼ਦੂਰੀ ਇੱਥੇ ਕੋਈ ਵਾਈਟ ਕਾਲਰ ਜੌਬਸ ਤਾਂ ਕਿਸੇ ਨੂੰ ਲੱਗਦੀਆਂ ਨਹੀਂ ਆ ਕੇ ਕੋਈ ਖਾਸ ਪੜਿਆ ਲਿਖਿਆ ਬੱਚਾ ਹੈ ਤਾਂ ਉਹਨੂੰ ਕੋਈ ਚੰਗੀ ਜੌਬ ਮਿਲਦੀ ਹੈ ਬਾਕੀ ਤਾਂ ਸਾਰੀ ਬਿਲਕੁਲ ਔਰ ਔਰ ਇਹ ਗੱਲ ਵੀ ਹੈ ਕਿ ਜਦੋਂ ਸਾਡੀਆਂ ਇੱਕ ਬੇਸਿਕ ਨੀਡਸ ਨਹੀਂ ਪੂਰੀਆਂ ਹੁੰਦੀਆਂ ਸਾਡੀਆਂ ਜਿਹੜੀਆਂ ਜ਼ਰੂਰੀ ਲੋੜਾਂ ਨਹੀਂ ਪੂਰੀਆਂ ਹੁੰਦੀਆਂ ਤੇ ਅਸੀਂ ਮਨੁੱਖੀ ਹੱਕਾਂ ਬਾਰੇ ਸੋਚ ਹੀ ਨਹੀਂ ਸਕਦੇ ਜਿਨ੍ਹਾਂ ਤੇ ਜਿਨ੍ਹਾਂ ਚ ਰਸੀ ਆਪਣੇ ਆਪ ਨੂੰ ਆਪਣਾ ਢਿੱਡ ਨਹੀਂ ਪਾਲ ਸਕਦੇ ਬਿਲਕੁਲ ਅਮਰਿਤਪਾਲ ਸਿੰਘ ਦੀ ਤੁਸੀਂ ਗੱਲ ਕੀਤੀ ਸੀ ਉਹ ਆਪਾਂ ਉਦਾਹਰਣ ਦੇਖ ਸਕਦੇ ਹਾਂ ਉਹ ਰਿਵਰਸ ਮਾਈਗ੍ਰੇਸ਼ਨ ਦਾ ਹੀ ਹਿੱਸਾ ਸਨ ਬਟ ਅੱਜ ਕਿਸ ਤਰੀਕੇ ਦੇ ਨਾਲ ਉਹ ਜੇਲ੍ਹ ਦੇ ਵਿੱਚ ਉਹਨਾਂ ਨੂੰ ਰੱਖਿਆ ਹੋਇਆ ਔਰ ਲੋਕ ਕਹਿੰਦੇ ਨੇ ਕਿ ਗੱਲ ਕਰਦੇ ਸੀ ਸਿਰਫ ਨਸ਼ਿਆਂ ਦੀ ਗੱਲ ਉਹ ਕਰਦੇ ਸੀ ਕਿ ਨਸ਼ਿਆਂ ਨੂੰ ਮਿਟਾਉਣਾ ਪਊਗਾ। ਸੋ ਲੋਕ ਮੁੱਦਿਆਂ ਦੀ ਜਦੋਂ ਗੱਲ ਕਰਦੇ ਆ ਤਾਂ ਉਹ ਦਬਾਈ ਜਾਂਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ। ਸੋ ਤੁਸੀਂ ਆ ਆਪਾਪਾ ਜਸਵੰਤ ਸਿੰਘ ਖਾਲੜਾ ਦੀ ਜੀ ਫਿਰ ਤੋਂ ਗੱਲ ਕਰ ਲਈਏ 25000 ਲਵਾਰਿਸ ਲਾਸ਼ਾਂ ਦੇ ਵਾਰਿਸ ਬਣੇ ਸੀ। ਉਹ ਉਹਨਾਂ ਉਹਨਾਂ ਦਾ ਵਾਰਿਸ ਹੈ ਜਿਹੜਾ ਉਹ ਤੁਸੀਂ ਹੈਗੇ ਹੋ ਪਰ ਕਦੋਂ ਉਹਨਾਂ ਬਾਰੇ ਕਦੇ ਪਤਾ ਲੱਗ ਸਕੇਗਾ ਤੁਹਾਨੂੰ ਕੋਈ ਆਸ ਹੈਗੀ ਹੈ ਕਿਉਂਕਿ ਸਭ ਕੁਝ ਇੱਕਦਮ ਸਾਫ਼ ਸੀਗਾ ਕਿ ਕੌਣ-ਕੌਣ ਉਹਨਾਂ ਨੂੰ ਲਿਜਾਣ ਦੇ ਵਿੱਚ ਸਿਗਾ ਕਿੰਨੇ ਪੁਲਿਸ ਆਫੀਸਰ ਸਿਗੇ ਸੋ ਕਦੇ ਤੁਹਾਨੂੰ ਲੱਗਦਾ ਹੈ ਕਿ ਸਚਾਈ ਪਤਾ ਲੱਗ ਸਕੂਗੀ ਕਿ ਉਹਨਾਂ ਦੇ ਨਾਲ ਕੀ ਹੋਇਆ ਹਾਂਜੀ ਦੋ ਹੀ ਤਰੀਕੇ ਇੱਕ ਤਾਂ ਜਿੰਨਾਂ ਦੀ ਕੌਨਸਪਿਰੇਸੀ ਹੈ ਉਹਨਾਂ ਨੂੰ ਪਤਾ ਹੈ ਵੀ ਇਹ ਕੌਨਸਪਿਰੇਸੀ ਕਿਸ ਲਈ ਘੜੀ ਗਈ ਹੈ ਤੇ ਦੂਜੇ ਲੋਕ ਜਿਹੜੇ ਪੁਰਜੇ ਬਣਾ ਕੇ ਉਹਨਾਂ ਨੇ ਵਰਤੇ ਔਰ ਅੱਜ ਉਹ ਜੇਲ੍ਹ ਦੇ ਵਿੱਚ ਹੈ ਤੇ ਜਾਂ ਉਹਨਾਂ ਨੂੰ ਸਚਾਈ ਪੂਰੀ ਪਤਾ ਜੇ ਉਹ ਦੱਸ ਸਕਦੇ ਤੁਸੀਂ ਨਾਮ ਲੈਣਾ ਚਾਹੋਗੇ ਹਾਂਜੀ ਨਾਮ ਮੈਂ ਜਿਹੜੇ 9 ਬੰਦੇ ਕਨਵੈਕਟ ਹੋਏ ਸੀਗੇ 9ਾਂ ਦੇ ਵਿੱਚੋਂ ਤਿੰਨਾਂ ਦੀ ਡੈਥ ਹੋ ਗਈ 6 ਬਚੇ ਸੀਗੇ 6ਾਂ 'ਚੋਂ ਵੀ ਮੇਰੇ ਖਿਆਲ ਇੱਕ ਦੀ ਹੋਰ ਡੈਥ ਹੋ ਗਈ ਹੈ ਤੇ ਉਹ ਉਹਨਾਂ ਕੋਲੇ ਸੱਚ ਹੈਗਾ ਇਹ ਅਸੀਂ ਤਾਂ ਹੁਣ ਆਪਾਂ ਮਾਨਸਿਕ ਤੌਰ ਤੇ ਜੁੜੇ ਹੋਏ ਆਂ ਇਸ ਘਟਨਾ ਦੇ ਨਾਲ ਹਨਾ ਆਪਾਂ ਨੂੰ ਸਾਨੂੰ ਤਾਂ ਲੱਗਦਾ ਨਹੀਂਗਾ ਇਹ ਵੀ ਅਸੀਂ ਕੋਰਟ ਦੀਆਂ ਜੋ ਵੀ ਹੀਅਰਿੰਗਸ ਆ ਜਾਂ ਉੱਥੇ ਵਿਟਨੈਸ ਆਇਆ ਹੈ ਉਹਦੇ ਹਿਸਾਬ ਨਹੀਂ ਅਸੀਂ ਗੱਲ ਕਰੀ ਜਾਂਦੇ ਆ ਪਰ ਜਿਵੇਂ ਸਾਡੀ ਤਸੱਲੀ ਲਈ ਤਾਂ ਸਾਨੂੰ ਐ ਲੱਗਦਾ ਵੀ ਸਾਨੂੰ ਹਜੇ ਨਹੀਂ ਪਤਾ ਉਹਨਾਂ ਜਿੰਨਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਪਰਿਵਾਰ ਨੂੰ ਵੀ ਸਾਨੂੰ ਤਾਂ ਇੱਕ ਭੋਰਾ ਵੀ ਕਲੂ ਨਹੀਂ ਮਿਲਿਆ ਕਿ ਜਸਵੰਤ ਸਿੰਘ ਦਾ ਉਸ ਦਿਨ 6 ਸਤੰਬਰ ਤੋਂ ਲੈ ਕੇ ਅੱਜ ਤੱਕ ਕਿਤੇ ਵੀ ਭੋਰਾ ਵੀ ਸਾਡੇ ਕੋਲੇ ਕੋਈ ਇਹੋ ਜਿਹਾ ਕਲੂ ਨਹੀਂ ਹੈਗਾ ਪਰਫੈਕਟ ਜਿਹਨੂੰ ਸਕੇਈਏ ਸਾਡੇ ਮਨ ਨੂੰ ਲੱਗਦੀ ਹੋਵੇ ਗੱਲ ਕਿ ਹਾਂ ਇਹ ਸੱਚੀ ਹੋ ਸਕਦੀ ਹੈ ਕਿਉਂਕਿ ਬੜੇ ਲੋਕਾਂ ਨੇ ਮੇਰੇ ਤਾਂ ਮੇਰੇ ਕੋਲੇ ਅਪਰੋਚਾਂ ਕੀਤੀਆਂ ਕਿਸੇ ਨੇ ਕਿਹਾ ਜਸਵੰਤ ਸਿੰਘ ਨਾਲ ਆ ਇਸ ਤਰ੍ਹਾਂ ਕੀਤਾ ਗਿਆ ਦੂਜਾ ਕਹਿੰਦਾ ਇਸ ਤਰ੍ਹਾਂ ਕੀਤਾ ਗਿਆ ਤੀਜਾ ਕਹਿੰਦਾ ਇਸ ਤਰ੍ਹਾਂ ਕੀਤਾ ਗਿਆ ਇਹ ਸਾਨੂੰ ਸਭ ਨੂੰ ਹੋਰ ਮਤਲਬ ਦਿਖਾਉਣ ਵਾਲੀ ਘਟਨਾਵਾਂ ਹੋਈਆਂ ਵੀ ਸਾਨੂੰ ਪਤਾ ਨਹੀਂ ਹੈ ਤੇ ਲੋਕ ਆਪਣੇ ਕੋਲੋਂ ਕਹਾਣੀਆਂ ਵੀ ਘੜਾ ਰਹੇ ਸੀਗੇ ਪੁਲਿਸ ਵਾਲੇ ਵੀ ਸਾਨੂੰ ਕਹਿੰਦੇ ਸੀਗੇ ਵੀ ਨਹੀਂ ਜੀ ਦਸਵੰਤ ਸਿੰਘ ਨੂੰ ਤਾਂ ਰੱਖਿਆ ਹੈ ਤੁਸੀਂ ਸਾਨੂੰ ਕੈਮਰਾ ਦਿਓ ਅਸੀਂ ਫੋਟੋ ਖਿੱਚ ਕੇ ਲਿਆ ਦੇਾਂਗੇ ਪਰ ਇਹ ਸਾਰਾ ਕੁਝ ਐ ਕਈ ਵਾਰੀ ਲੱਗਦਾ ਇੱਕ ਫਿਲਮ ਵਾਂਗੂ ਨੰਘਿਆ ਹੈ ਜ਼ਿੰਦਗੀ ਦਾ ਤੇ ਫਿਰ ਵੀ ਅਸੀਂ ਮਰਨ ਤੱਕ ਮੈਂ ਦੇਹੀ ਹੋਈ ਡੀ ਕਰਦੀ ਰਹੂੰਗੀ ਸਾਨੂੰ ਸਚਾਈ ਜਿਹੜੀ ਉਹ ਜਰੂਰ ਪਤਾ ਲੱਗਣੀ ਚਾਹੀਦੀ ਹੈ ਜੀ ਸੋ ਬੀਬੀ ਜੀ ਤੁਸੀਂ ਇੱਕ ਇੱਕ ਫਿਲਮ ਦੀ ਗੱਲ ਕੀਤੀ ਹੈ ਤਾਂ ਆਪਾਂ ਜਿਹੜੀ ਅੱਜ ਦੁਨੀਆ ਦੇ ਉੱਤੇ ਫਿਲਮ ਆਉਣੀ ਹੈ ਦਿਲਜੀਤ ਦੋਸਾਂਝ ਦੀ ਪੰਜਾਬ 95 ਉਸ ਦਾ ਨਾਮ ਹੈ ਉਸ ਉਸ ਦੇ ਵਿੱਚ ਉਸ ਉਸ ਕਹਾਣੀ ਦੇ ਨਾਲ ਤੁਸੀਂ ਇਨਵੋਲਵ ਹੈਗੇ ਹੋ ਉਹਨਾਂ ਨੇ ਤੁਹਾਨੂੰ ਸੰਪਰਕ ਕੀਤਾ ਸੀ ਉਹ ਤੁਹਾਡੇ ਆ ਤੁਹਾਡੇ ਤੁਹਾਡੇ ਕਨਸਰਨ ਦੇ ਵਿੱਚ ਹੈ ਉਸ ਬਾਰੇ ਵੀ ਜਾਨਣਾ ਚਾਹਾਂਗੇ ਪੰਜਾਬ 95 ਫਿਲਮ ਕਿਉਂਕਿ ਉਹਦੇ ਤੇ ਰੋਕਾਂ ਵੀ ਲੱਗੀਆਂ ਨੇ ਇਥੇ ਹਾਂਜੀ ਅਸੀਂ ਕੁਝ ਕੱਟ ਲੱਗੇ ਨੇ ਹਾਂ ਹਾਂਜੀ ਨਹੀਂ ਕੋਈ ਗੱਲ ਨਹੀਂ ਅਸੀਂ ਉਹ ਸਾਰਾ ਜਿਹੜਾ ਉਹਨਾਂ ਨੇ ਸਾਨੂੰ ਕਨਸੈਪਟ ਸਾਡੇ ਕੋਲੋਂ ਹੀ ਲਿਆ ਸਾਰਾ ਤੇ ਫਿਰ ਅਸੀਂ ਉਹ ਜਿਹੜਾ ਵੀ ਉਹਨਾਂ ਨੇ ਬਣਾਇਆ ਫਿਲਮ ਬਣਾਈ ਉਹਦਾ ਅਸੀਂ ਉਹ ਸਾਰਾ ਰਿਵਿਊ ਪੜਿਆ ਤੇ ਫਿਲਮ ਅਸੀਂ ਵੇਖ ਵੀ ਲਈ ਹੈ ਤੇ ਇਹ ਸਾਰੀ ਜਿਹੜੀ ਫਿਲਮ ਹੈ ਨਾ ਲੀਗਲ ਪ੍ਰੋਸੈਸ ਦੇ ਵਿੱਚ ਹੀ ਸਾਰੀ ਬਣੀ ਹੈ ਕਿਉਂਕਿ ਇਹਨਾਂ ਨੇ ਬਹੁਤ ਸਾਰੀ ਜਿਹੜੀ ਹੈਲਪ ਹੈ ਲੀਗਲੀ ਫਿਲਮ ਵਾਲਿਆਂ ਨੇ ਵੀ ਜਿਹੜੇ ਵਕੀਲ ਰਾਜਵਿੰਦਰ ਸਿੰਘ ਬੈਂਸ ਹੈ ਉਹਨਾਂ ਨਾਲ ਡਿਸਕਸ ਕੀਤੀਆਂ ਔਰ ਉਹਨਾਂ ਤੋਂ ਜਿਹੜੀਆਂ ਵੀ ਉਹਨਾਂ ਦੀਆਂ ਉਸ ਵੇਲੇ ਦੀਆਂ ਇੰਪਰੂਵਮੈਂਟ ਸੀਗੀਆਂ ਇਹ ਕੋਰਟ ਦੀਆਂ ਜਾਂ ਜੋ ਵੀ ਉਹ ਉੱਥੋਂ ਲੈ ਕੇ ਉਹਨਾਂ ਨੇ ਉਹ ਫਿਲਮ ਨੂੰ ਇੰਪਰੂਵ ਕੀਤਾ। ਹੁਣ ਫਿਲਮ ਦੇ ਵਿੱਚ ਕੱਟ ਲੱਗ ਰਹੇ ਆ ਜਾਂ ਨਹੀਂ ਲੱਗ ਰਹੇ ਆ ਹੈਨਾ ਇਹ ਕੋਰਟ ਦੇ ਵਿੱਚ ਮਸਲਾ ਚਲੇ ਗਿਆ। ਪਰ ਇਹ ਗੱਲ ਸਪਸ਼ਟ ਉਹਨਾਂ ਨੇ ਇੱਕ ਇੰਡੀਕੇਟ ਉਹਨਾਂ ਨੇ ਕੀਤਾ ਫਿਲਮ ਵਾਲਿਆਂ ਨੂੰ ਪੀਆਰ ਮੂ ਦਫ਼ਤਰ ਦਾ ਦਬਾਅ ਹੈ ਉਹਨਾਂ ਦੇ ਉੱਤੇ ਕਿ ਜੇ ਤੁਸੀਂ ਇਹ ਫਿਲਮ ਰਿਲੀਜ਼ ਕਰੋਗੇ ਤਾਂ ਅੱਗੇ ਤੋਂ ਅਸੀਂ ਤੁਹਾਡੀ ਕੋਈ ਹੋਰ ਫਿਲਮ ਨਹੀਂ ਬਣਦੇ। ਪੀ ਪਤਾ ਨਹੀਂ ਤੁਹਾਨੂੰ ਪਤਾ ਹੈ ਕਿ ਕਿਹੜੇ 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 ਸੀਨ ਦੇ ਉੱਤੇ ਉਹਨਾਂ ਨੂੰ ਇਤਰਾਜ਼ ਹੈ ਕਿੱਥੇ-ਕਿੱਥੇ ਕੱਟ ਲੱਗੇ ਨੇ ਇਸ ਬਾਰੇ ਤੁਹਾਨੂੰ ਜਾਣਕਾਰੀ ਹੈਗੀ ਕੋਈ ਬਾਹਰ ਤਾਂ ਨਹੀਂ ਪਤਾ ਪਰ ਉਹ ਉਹਨਾਂ ਨੇ ਪਹਿਲਾਂ ਤਾਂ ਫਿਲਮ ਦਾ ਜਿਹੜਾ ਟਾਈਟਲ ਹੈ ਉਹਦੇ ਤੇ ਹੀ ਕੱਟ ਲਾਇਆ ਲਾਉਣਾਂ ਕੋਸ਼ਿਸ਼ ਕੀਤੀ ਵੀ ਘੱਲੂ ਘਾਰਾ ਪਹਿਲਾਂ ਘੱਲੂ ਘਾਰਾ ਨਾਂ ਦੇ ਨਾਲ ਇਹ ਫਿਲਮ ਆਉਣੀ ਸੀਗੀ ਹਾਂ ਜੀ ਫਿਰ ਉਹਨਾਂ ਨੇ ਹੁਣ ਦੇ ਮੈਨੂੰ ਪਤਾ ਲੱਗਾ ਵੀ ਉਹ ਉਹ ਸੀਨ ਕੇਪੀਐਸ ਗਿੱਲ ਨੂੰ ਨਹੀਂ ਚਾਹੁੰਦੇ ਉਹ ਵੀ ਉਹ ਨਾ ਬਈ ਵਿੱਚ ਕੋਈ ਇਨਵੋਲਵਮੈਂਟ ਆ ਜਾਂ ਜਸਨ ਸਿੰਘ ਖਾਲੜਾ ਦੇ ਜਿਹੜੇ ਕੰਮ ਐ ਬਈ ਉਹਨਾਂ ਨੂੰ ਵੀ ਚਾਹੁੰਦੇ ਆ ਪਰ ਉਹ ਕੋਰਟ ਦੇ ਵਿੱਚ ਜਾਣ ਕਰਕੇ ਮੈਨੂੰ ਪਤਾ ਲੱਗਾ ਕਿ ਉਹਨਾਂ ਨੇ ਕੋਰਟ ਵਾਲਿਆਂ ਨੇ ਸ਼ਾਇਦ ਫਿਲਮ ਵੇਖੀ ਹੋਏਗੀ ਪਰ ਉਹਨਾਂ ਨੇ ਕਿਹਾ ਇਹ ਵੀ ਸਾਨੂੰ ਕੁਝ ਗਲਤ ਨਹੀਂ ਲੱਗਾ ਪਰ ਸਟੇਟ ਨੂੰ ਤਾਂ ਜਿਨ੍ਹਾਂ ਨੇ ਇੱਕ ਕੰਮ ਕੀਤੇ ਹੈ ਉਹਨਾਂ ਨੂੰ ਤੇ ਗਲਤ ਲੱਗਣਾ ਹੀ ਹੈ ਨਾ ਤੇ ਵੀ ਜਿਵੇਂ ਬੈਂਸਰਵ ਨੇ ਕਿਹਾ ਹੈ ਕਿ ਇਹ ਤਾਂ ਇੱਕ ਸੱਚ ਨੂੰ ਲਗਾਉਣ ਵਾਲੀ ਗੱਲ ਹੈ ਪਰ ਇਹ ਲੁਕਣਾ ਨਹੀਂ ਹੈ ਕਿਉਂਕਿ ਕੋਰਟਾਂ ਦੇ ਵਿੱਚ ਇੰਪਰੂਵ ਹੋ ਗਿਆ ਸਾਰਾ ਜਦੋਂ ਕੋਰਟਾਂ ਦੇ ਵਿੱਚ ਇੰਪਰੂਵ ਹੋ ਗਿਆ ਔਰ ਸਜਾਵਾਂ ਹੋ ਰਹੀਆਂ ਕੰਪਨਸੇਟ ਹੋ ਗਏ ਲੋਕ ਤੇ ਫਿਰ ਕੋਈ ਇਸ ਤਰ੍ਹਾਂ ਦੀ ਜਿਹੜੀ ਸਟੇਟ ਦਾ ਕੋਈ ਦਬਾਅ ਇਹ ਕੋਈ ਜਾਇਜ਼ਤ ਨਹੀਂ ਹੈ ਅੱਗੇ ਵੀ ਅਸੀਂ ਜਾਇਜਨ ਜਾਇ ਚੱਲਦੇ ਆਏ ਹਾਂ ਪਰ ਇਹ ਆ ਵੀ ਮੈਨੂੰ ਲੱਗਦਾ ਹੈ ਕਿ ਜਿੰਨਾ ਕੋ ਉਹ ਕੋਸ਼ਿਸ਼ ਕਰਨਗੇ ਇਹਨੂੰ ਦਬਾਉਣ ਦੀ ਜਾਂ ਕੱਟ ਲਾਉਣ ਦੀ ਉਨੀ ਇਹ ਫਿਲਮ ਦੀ ਪاپੂਲਾਰਿਟੀ ਵਧ ਰਹੀ ਹੈ ਔਰ ਜੀ ਜੀ ਮੇਬੀ ਹੋ ਜੂਗੀ ਹੋ ਜੂਗੀ ਇਹ ਰਿਲੀਜ਼ ਕੈਨੇਡਾ ਦੇ ਇੱਕ ਉਦੇ ਵਿੱਚ ਵੀ ਜਾਣ ਲੱਗੀ ਸੀਗੀ ਫਿਲਮ ਉੱਥੇ ਸਿਲੈਕਟ ਹੋਈ ਸੀ ਜਿਹੜਾ ਫਿਲਮ ਫੇਅਰ ਕੋਈ ਲੱਗਣਾ ਸੀਗਾ ਉੱਥੇ ਪਰ ਉਹਨਾਂ ਨੇ ਇਹ ਵੀ ਇਹ ਕਹਿ ਕੇ ਵੀ ਉੱਥੋਂ ਵੀ ਇਹਨਾਂ ਨੂੰ ਫਿਲਮ ਨਹੀਂ ਲੱਗਣ ਦੇਣੀ ਕਿ ਕੇਸ ਹੈ ਜਿਹੜਾ ਕੋਰਟ ਦੇ ਵਿੱਚ ਐਸ ਵੇਲੇ ਤੇ ਚਲੋ ਇਹ ਵੀ ਵੇ ਤੈਗਰੀ ਚੰਗੇ ਲਈ ਹੁੰਦਾ ਹੋ ਸਕਦਾ ਹੈ ਕੁਝ ਜੇ ਕਟਕੁੱਟਾਂ ਦੀ ਜਿਹੜੀ ਗੱਲ ਚੱਲ ਰਹੀ ਹੈ ਇਹ ਚੰਗੇ ਲਈ ਹੈ ਜਿਹੜੀ ਫਿਲਮ ਬਣਗੀ ਉਹ ਤਾਂ ਬਣਗੀ ਤੇ ਕਟਾਂ ਦਾ ਵੀ ਲੋਕਾਂ ਨੂੰ ਪਤਾ ਲੱਗ ਜਾਣਾ ਹੈ ਪਰ ਅਸੀਂ ਤਾਂ ਇਸ ਕਰਕੇ ਫਿਲਮ ਦੀ ਹਾਮੀ ਭਰੀ ਸੀਗੀ ਤੇ ਇਹ ਇੰਟਰਨੈਸ਼ਨਲ ਮਸਲਾ ਹੈ ਤੇ ਇਹ ਇੰਟਰਨੈਸ਼ਨਲ ਲੈਵਲ ਹੀ ਜਾਣੀ ਚਾਹੀਦੀ ਹੈ ਗੱਲ ਜੀ ਜੀ ਬਿਲਕੁਲ ਕਿਉਂਕਿ ਇਹ بڑے ਮਾਧਿਅਮ ਬੜੇ ਜ਼ਰੂਰੀ ਹੁੰਦੇ ਨੇ ਕਿ ਚਾਹੇ ਕਿਤਾਬਾਂ ਕਿਤਾਬਾਂ ਤੱਕ ਐਨੀ ਪਹੁੰਚ ਨਹੀਂ ਹੁੰਦੀ ਭਾਈ ਜਸਵੰਤ ਸਿੰਘ ਖਾਲੜਾ ਦੇ ਬਾਰੇ ਬੜੇ ਚਿਰਾਂ ਬਾਅਦ ਜਿਹੜੀ ਹੈ ਹਾਂਜੀ ਹੁਣ ਬਸ ਲਾਸਟ ਦੇ ਵਿੱਚ ਅਸੀਂ ਇਹੋ ਹੀ ਸੋਚਦੇ ਆਂ ਕਿ ਹੁਣ ਜਸਵੰਤ ਸਿੰਘ ਖਾਲੜਾ ਤੇ ਪਰਿਵਾਰ ਦਾ ਕੋਈ ਮੈਂਬਰ ਬੱਚੀ ਜਾਂ ਮੈਂ ਕੋਈ ਕਿਤਾਬ ਇੱਕ ਲਿਖੀ ਜਾਵੇ ਤੇ ਜ਼ਿੰਦਗੀ ਨੂੰ ਸੌਮ ਅਪ ਕੀਤਾ ਜਾਵੇ ਕਿ ਅਸਲ ਗੱਲ ਕਿੱਥੋਂ ਜੱਲੀ ਕਿੱਥੇ ਕਟੀ ਤੇ ਕਿਵੇਂ ਹੋਈ ਤੇ ਕਿਵੇਂ ਅਸੀਂ ਇਹਨੂੰ ਫੇਸ ਕੀਤਾ ਸਾਰੀ ਗੱਲ ਨੂੰ ਤੇ ਐਟ ਦੀ ਐਂਡ ਜਾਂ ਮੈਨੂੰ ਲੱਗਦਾ ਹੈ ਕਿ ਜਿਹੜਾ ਸਾਰਾ ਮਸਲਾ ਹੈ ਉਹ ਅੰਜ ਆਮ ਲੋਕਾਂ ਨੂੰ ਤਾਂ ਪਤਾ ਹੈ ਪਰ ਹਜੇ ਖਾਸ ਲੋਕਾਂ ਨੂੰ ਤਾਂ ਪਤਾ ਹੈ ਪਰ ਆਮ ਲੋਕਾਂ ਦੇ ਵਿੱਚ ਲਜਾਣ ਦੇ ਲਈ ਸਾਨੂੰ ਹੋਰ ਥੋੜਾ ਜਿਹਾ ਤਰਦ ਕਰਨਾ ਪਊਗਾ ਜਿਹੜੀ ਫਿਲਮ ਰਾਹੀਂ ਇੱਕੁੱਛੀ ਤੁਸੀਂ ਸੋਚ ਰਹੇ ਹੋ ਜਿਵੇਂ ਆਪਾਂ ਜਿਵੇਂ ਆਪਾਂ ਦੇਖਦੇ ਆਂ ਬੀਬੀ ਜੀ ਕਿ Netflix ਜਾਂ ਫਿਰ Amazon ਜਿਹੜੇ OTT ਪਲੇਟਫਾਰਮ ਹੈਗੇ ਨੇ ਉਹਨਾਂ ਦੇ ਨਾਲ ਲੋਕ ਅੱਜ ਬਹੁਤ ਜੁੜੇ ਹੋਏ ਨੇ ਖਾਸ ਕਰਕੇ ਯੂਥ ਬਹੁਤ ਜੁੜਿਆ ਹੈ ਇਹੋ ਜਿਹੇ ਬਹੁਤ ਸਾਰੇ ਵਿਸ਼ੇ ਨੇ ਜਦੋਂ ਇਨ੍ਹਾਂ ਪਲੇਟਫਾਰਮਸ ਤੇ ਆਉਂਦੇ ਨੇ ਤਾਂ ਉਹਨਾਂ ਦੀ ਇੱਕ ਵਾਈਡ ਰੀਚ ਹੋ ਜਾਂਦੀ ਹੈ ਬਹੁਤ ਵੱਡੀ ਪੱਧਰ ਤੇ ਉਹ ਲੋਕਾਂ ਤੱਕ ਪਹੁੰਚ ਕਰਦੇ ਨੇ ਤੁਹਾਡਾ ਕੋਈ ਇਸ ਤਰੀਕੇ ਦਾ ਕੋਈ ਪਲਾਨ ਹੈਗਾ ਜਾਂ ਕਿਸੇ ਨੇ ਤੁਹਾਨੂੰ ਅਪਰੋਚ ਕੀਤੀ ਹੈ ਕਿ ਇਸ ਤਰ੍ਹਾਂ ਦੀ ਵੈਬ ਸੀਰੀਜ਼ ਬਣਾਣ ਤਾਂ ਕਿ ਇਹ ਮੁੱਦਾ ਹਿਊਮਨ ਰਾਈਟਸ ਦਾ ਮੁੱਦਾ ਜ਼ਿਆਦਾਤਰ ਲੋਕਾਂ ਤੱਕ ਪਹੁੰਚ ਸਕੇਤੇ ਹੀ ਸਾਡੇ ਕੋਲ ਸਾਧਨ ਹੁੰਦੇ ਨੇ ਇਸ ਮੁੱਦੇ ਨੂੰ ਪਹੁੰਚਾਉਣ ਦੇ ਨਹੀਂ ਜੀ ਪਹਿਲਾਂ ਤਾਂ ਜਿਹੜੀ ਇਹਦੀ ਫਿਲਮ ਦੀ ਕਮਿਟਮੈਂਟ ਹੈ ਉਹ Netflix ਦੀ ਹੋਈ ਹੈ ਅੱਛਾ ਪਰ ਹੁਣ ਤੁਹਾਨੂੰ ਮੈਂ ਦੱਸਿਆ ਵੀ ਜੇ ਹੁਣ ਸਟੇਟਾਂ ਜਿਹੜੀਆਂ ਜਿਹੜੇ ਬੰਦੇ ਨੇ ਫਿਲਮ ਦੇ ਉੱਤੇ ਪੈਸੇ ਲਾਏ ਹੁੰਦੇ ਆ ਉਹਨੂੰ ਕੋਈ ਥ੍ਰੈਟ ਕਰੇ ਸਿੱਧਾ ਥ੍ਰੈਟ ਕਰੇ ਉਹਦੇ ਤੇ ਕੋਈ ਆ ਜਿਵੇਂ ਪੰਜਾਬ ਚ ਚੱਲਦਾ ਕੋਈ ED ਦੀ ਰੇਡ ਹੀ ਕਰਾ ਦੇਵੇ ਜਾਂ ਕੋਈ ਹੋਰ ਇਹੋ ਜਿਹਾ ਕੁਝ ਕਰਾ ਦੇਵੇ ਬੰਦਾ ਡਰਦਾ ਹੈ ਕਿਉਂਕਿ ਉਹ ਪ੍ਰੋਫੈਸ਼ਨਲ ਲੋਕ ਹੈ ਤੇ ਵੀ ਸਾਡੇ ਵਰਗੇ ਤਾਂ ਹੈ ਨਹੀਂਗੇ ਵੀ ਜੋ ਹੋਊ ਜੋ ਹੋਊ ਅਸੀਂ ਤਾਂ ਲੜਨਾ ਹੀ ਲੜਨਾ ਹੈ ਤੇ ਹੁਣ ਅਸੀਂ ਉਹਨਾਂ ਨੂੰ ਇਹ ਤੇ ਨਹੀਂ ਕਹਿ ਸਕਦੇ ਵੀ ਤੁਸੀਂ ਆਪਣਾ ਜਿਹੜਾ ਪੈਸਾ ਲਾਇਆ ਉਹਨੂੰ ਬਰਬਾਦ ਕਰੋ ਜਾਂ ਕਿਵੇਂ ਕਰੋ ਜਾਂ ਪਰ ਸਾਡੀ ਕੋਸ਼ਿਸ਼ ਇਹ ਹੋਈ ਰਹੂਗੀ ਵੀ ਅਸਲ ਫਿਲਮੀ ਦੁਨੀਆ ਦੇ ਸਾਹਮਣੇ ਆਵੇ ਤੇ Netflix ਦਾ ਹੀ ਕਮਿਟਮੈਂਟ ਸਾਡੀ ਸੀਗੀ ਪਹਿਲੀ ਕਿ Netflix ਤੇ ਆਉਂਦੀ ਫਿਲਮ ਤੇ ਆਉਗੀ ਜਰੂਰ ਆਉਗੀ ਜੀ ਜੀ ਬਹੁਤ ਬਹੁਤ ਅਸੀਂ ਸ਼ੁਭ ਸ਼ਾਮਾਂ ਦਿੰਨੇ ਆ ਔਣੀ ਵੀ ਚਾਹੀਦੀ ਹੈ ਤੇ ਕਿਤਾਬਾਂ ਤੁਸੀਂ ਕਿਹੜੀਆਂ ਰეკਮੈਂਡ ਕਰਦੇ ਹੋ ਕਿਉਂਕਿ ਬਹੁਤ ਜ਼ਿਆਦਾ ਘੱਟ ਆਪਾਂ ਕਹਿ ਸਕਦੇ ਹਾਂ ਲਿਖਿਆ ਗਿਆ ਭਾਈ ਜਸਵੰਤ ਸਿੰਘ ਖਾਲੜਾ ਤੇ ਦੋ ਕਿਤਾਬਾਂ ਬਾਰੇ ਮੈਨੂੰ ਵੀ ਜਾਣਕਾਰੀ ਹੈ ਭਾਈ ਅਜਮੇਰ ਸਿੰਘ ਨੇ ਲਿਖੀ ਬੀਬੀ ਗੁਰਮੀਤ कौर ਨੇ ਲਿਖੀ ਹੋਰ ਕੋਈ ਇਸ ਤਰ੍ਹਾਂ ਦਾ ਪ੍ਰਕਾਸ਼ਨ ਹੈ ਜਿਹਦੇ ਬਾਰੇ ਤੁਸੀਂ ਦਰਸ਼ਕਾਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਹੋ ਹਾਂਜੀ ਪਹਿਲਾਂ ਸਭ ਤੋਂ ਜਿਹੜੀ ਬੁੱਕ ਆਈ ਸੀ ਉਹ ਰਿਡਿਊਸਸ ਟੂ 애ਸ਼ਸ ਆਈ ਸੀਗੀ। ਆਰਮਨਾਰੈਣ ਕਮਾਰ ਨੇ ਇੱਕ ਸੀਗੇ ਅਸ਼ੋਕ ਅਗਰਵਾਲ ਦਿੱਲੀ ਦੇ ਵਕੀਲ ਸੀਗੇ ਤੇ ਉਹਨਾਂ ਦੇ ਨਾਲ ਕੋ-ਆਥਰ ਸੀਗੇ ਅਮਰੀਕ ਸਿੰਘ ਮੁਖਸਰ। ਉਹ ਕਿਤਾਬ ਸਭ ਤੋਂ ਪਹਿਲਾਂ ਆਈ ਸੀ ਉਹਦੇ ਵਿੱਚ ਵੀ ਰਿਡਿਊਸਸ ਟੂ 애ਸ਼ਸ। ਤੇ ਉਸ ਤੋਂ ਬਾਅਦ ਆ ਜਿਹੜੀਆਂ ਦੋ ਨਵੀਆਂ ਕਿਤਾਬਾਂ ਆਈਆਂ। ਉਹਦੇ ਵਿੱਚ ਬੀਬੀ ਗਰਮੀਤ ਕੌਰ ਨੇ ਇੱਕ ਕਿਤਾਬ ਲਿਖੀ ਸੀ ਸ਼ਾਇਦ ਉਹ ਵੀ ਤੁਹਾਡੇ ਨੌਲੇਜ ਹੈਗੀ ਆ ਉਹ ਕਿਤਾਬ ਦੰਬੇਸ਼ਕ ਬੱਚਿਆਂ ਲਈ ਲਿਖੀ ਗਈ ਹੈ ਪਰ ਫਿਰ ਵੀ ਉਹ ਬਹੁਤ ਜਿਵੇਂ ਜਨੀਕ ਮੈਂ ਕਹਿ ਸਕਦੀ ਆ ਬੱਚਿਆਂ ਲਈ ਬਹੁਤ ਬੱਚਿਆਂ ਲਈ ਕਿ ਵੱਡਿਆਂ ਲਈ ਵੀ ਜਿਨ੍ਹਾਂ ਨੇ ਜਸਨ ਸਿੰਘ ਬਾਰੇ ਘੱਟ ਸੁਨੇ ਆ ਜਾਂ ਸੁਣਨਾ ਚਾਹੁੰਦੇ ਆ ਉਹਨਾਂ ਲਈ ਬੜੇ ਇਹ ਹੈਗੇ ਆ ਬਾਕੀ ਦੇ ਸਰਦਾਰ ਜਮੇਰ ਸਿੰਘ ਦੀ ਗੱਲ ਉਹ ਮੈਂ ਕਹਿ ਸਕਦੀ ਹਾਂ ਕਿ ਉਹਨਾਂ ਨੇ ਬੜੀ ਕਾਲੀ ਦੇ ਵਿੱਚ ਡੇਢ ਕ ਮਹੀਨੇ ਚ ਇੱਕ ਕਿਤਾਬ ਲਿਖਤੀ ਹੈ ਤੇ ਉਹਨਾਂ ਨੇ ਅਸਲ ਵਿੱਚ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਉਹਨਾਂ ਨੇ ਇਹ ਜਿਹੜੀ ਬੁੱਕ ਲਿਖੀ ਹੈ ਨਾ ਉਹ ਡੇਢ ਮਹੀਨੇ ਚ ਕੋਈ ਕਿਤਾਬ ਨਹੀਂ ਜਾ ਸਕਦੀ ਤੇ ਉਹ ਕੁਝ ਕਿਤਾਬ ਦੇ ਵਿੱਚ ਤੁਸੀਂ ਕਹੋ ਊਣਤਾਈਆਂ ਤਾਂ ਨਹੀਂ ਮੈਂ ਕਹਿ ਸਕਦੀ ਜਾਣ ਬੁੱਝ ਕੇ ਕੀਤੀਆਂ ਕੁਝ ਚਲਾਕੀਆਂ ਮੈਂ ਕਹਿ ਸਕਦੀ ਹਾਂ ਕਿ ਇਹਦੇ ਵਿੱਚ ਹੋਈਆਂ ਕਿਉਂਕਿ ਸਰਦਾਰ ਜਮੇਰ ਸਿੰਘ ਅੱਜਕੱਲ ਕੰਟਰੋਵਰਸ਼ੀਅਲ ਹੋਏ ਆ ਅਸੀਂ ਬਾਅਦ ਤੱਕ ਉਹਨਾਂ ਬਾਰੇ ਕਦੇ ਕੋਈ ਗੱਲ ਨਹੀਂ ਕਹੀ ਪਰ ਉਹ ਇੱਕ ਢੜਾ ਇੱਕ ਢੜੇ ਦੇ ਲੀਡਰ ਆ ਇਹੋ ਤੇ ਉਸ ਹਿਸਾਬ ਨਾਲ ਚੱਲਦੇ ਆ ਉਹਨਾਂ ਨੂੰ ਕੱਲਾ ਇਤਿਹਾਸਕਾਰ ਨਹੀਂ ਮੰਨਿਆ ਜਾ ਸਕਦਾ ਕਿ ਉਹ ਇੱਕ ਇਤਿਹਾਸਕਾਰ ਹੈ ਕਿ ਉਹ ਇਤਿਹਾਸ ਦੇ ਹਿਸਾਬ ਨਾਲ ਹੀ ਗੱਲ ਕਰਨਗੇ ਜਿੱਥੇ ਉਹਨਾਂ ਨੂੰ ਆਪਦੀ ਈਡਿਓਲੋਜੀ ਫਿੱਟ ਬੈਂਦੀ ਆ ਉੱਥੇ ਉਹ ਆਪਣੀ ਲਾ ਲੈਂਦੇ ਆ ਤੇ ਬੰਦੇ ਦੀ ਜਿਹੜੀ ਸੋਚ ਹੈ ਅਸੀਂ ਚਾਹੁੰਦੇ ਆ ਬਈ ਕੋਈ ਆਟੋ ਬਾਇਓਗ੍ਰਾਫੀ ਮੇਰੇ ਵੱਲੋਂ ਲਿਖੀ ਜਾਵੇ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਲਿਖੀ ਜਾਵੇ ਜਿਹਦੇ ਵਿੱਚ ਸਾਰਾ ਕੁਝ ਸਪਸ਼ਟ ਕੀਤਾ ਜਾਵੇ ਹੁਣ ਇਹ ਕਹਿ ਦੇਣਾ ਕਿਸੇ ਬੰਦੇ ਵੱਲੋਂ ਵੀ ਮੈਨੂੰ ਹੀ ਜਸਵੰਤ ਸਿੰਘ ਬਾਰੇ ਸਭ ਕੁਝ ਪਤਾ ਹੈ ਨਾ ਤੇ ਪਰਿਵਾਰ ਨੂੰ ਪਤਾ ਹੈ ਤੇ ਨਾ ਕਿਸੇ ਕੌਮ ਨੂੰ ਪਤਾ ਹੈ ਤੇ ਨਾ ਉਹਨਾਂ ਪਰਿਵਾਰਾਂ ਨੂੰ ਪਤਾ ਜਿਨ੍ਹਾਂ ਦੇ ਬੱਚੇ ਲਾ ਇਹ ਨਿਆ ਨਹੀਂ ਹੈ ਇਤਿਹਾਸ ਦੇ ਵਿੱਚ ਇਹੋ ਜਿਹੀਆਂ ਗੱਲਾਂ ਕਰਨੀਆਂ ਐ ਐਨੀਵੇ ਮੈਂ ਬਾਅਦ ਨਹੀਂ ਕਹਿਣਾ ਚਾਹੁੰਦੀ ਪਰ ਜੀ ਜੀ ਉਹ ਕਿਤਾਬ ਜਿਹੜੀ ਆ ਉਹ ਇੱਕ ਹਜੇ ਤੱਕ ਤਾਂ ਜਿੰਨੇ ਕੁ ਲੋਕਾਂ ਨੇ ਪੜ੍ਹੀ ਹੈ ਬਹੁਤ ਸਾਰੀਆਂ ਗੱਲਾਂ ਦਾ ਲੋਕਾਂ ਨੂੰ ਹਲੇ ਪਤਾ ਨਹੀਂ ਗੇ ਅੰਦਰ ਖਾਤੇ ਕੀ ਚੱਲ ਰਿਹਾ ਪਰ ਮੈਂ ਉਹ ਕਿਤਾਬ ਦਾ ਜਵਾਬ ਪਰਮਾਤਮਾ ਕਰੇ ਅਸੀਂ ਦੇ ਸਕੀਏ ਜੀ ਜੀ ਸੋ ਉਡੀਕ ਰਹੇਗੀ ਤੁਸੀਂ ਬਾਇਓਗ੍ਰਾਫੀ ਲਿਖੋਗੇ ਤਾਂ ਉਹਦੇ ਵਿੱਚ ਕਿਉਂਕਿ ਤੁਹਾਡੇ ਤੋਂ ਜ਼ਿਆਦਾ ਕੋਈ ਨਹੀਂ ਜਾਣਦਾ ਭਾਈ ਜਸਵੰਤ ਸਿੰਘ ਖਾਲੜਾ ਦੇ ਬਾਰੇ ਉਡੀਕ ਰਹੇਗੀ ਤੇ ਸਾਡੇ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਾਂਦੇ ਜਾਂਦੇ ਮਨੁੱਖੀ ਹੱਕਾਂ ਦੇ ਬਾਰੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਮਨੁੱਖੀ ਹੱਕ ਸਾਡੇ ਹੱਕ ਵੀ ਬਹੁਤ ਜ਼ਰੂਰੀ ਹੁੰਦੇ ਨੇ ਪਰ ਅਫਸੋਸ ਹੈ ਕਿ ਅੱਜ ਦੁਨੀਆ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਜਿਨ੍ਹਾਂ ਦੇ ਹੱਕ ਜਾਂ ਤਾਂ ਮਾਰ ਦਿੱਤੇ ਜਾਂਦੇ ਨੇ ਜਾਂ ਉਹ ਆਪਣੇ ਹੱਕਾਂ ਨੂੰ ਖੁਦ ਹੀ ਮਾਰ ਕੇ ਜਿਉਂਦੇ ਰਹਿੰਦੇ ਨੇ ਅੱਜ ਮੈਂ ਤਾਂ ਇਹੋ ਹੀ ਸਮਝਦੀ ਆ ਜੋ ਮੇਰਾ ਤਜਰਬਾ ਹੈ ਵੀ ਸਾਨੂੰ ਲੜਦੇ ਰਹਿਣਾ ਚਾਹੀਦਾ ਐਟ ਦੀ ਐਂਡ ਜਿਹੜੀ ਸਚਾਈ ਹੈ ਨਾ ਉਹ ਸਾਹਮਣੇ ਆਏਗੀ ਔਰ ਸਚਾਈ ਹੈ ਜਿਵੇਂ ਹੁਣ ਦਸਵੰਤ ਸਿੰਘ ਖਾਲੜਾ ਦਾ ਸੱਚ ਪਹਿਲਾਂ ਤਾਂ ਲੋਕਾਂ ਨੇ ਇਹਨੂੰ ਕਿਵੇਂ ਮੰਨਿਆ ਸੀਗਾ ਤੇ ਅੱਜ ਦੀ ਡੇਟ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਲੋਕ ਉਹਨਾਂ ਨੂੰ ਯਾਦ ਕਰਦੇ ਆ ਉਹਨਾਂ ਦੀ ਅੱਜ ਥਾਂ ਥਾਂ ਤੇ ਵਰਸ਼ੀਆਂ ਮਨਾਈਆਂ ਜਾ ਰਹੀਆਂ ਹਨ ਉਹਨਾਂ ਦੇ ਨਾਂ ਤੇ ਪਾਰਕ ਬਣ ਰਹੇ ਆ ਇਹ ਇੱਕ ਸਚਾਈ ਹੈ ਜੇ ਜੇ ਆਪਾਂ ਹਿਰਾਫੇਰੀਆਂ ਕਰਕੇ ਜਾਂ ਮਨੁੱਖੀ ਹੱਕਾਂ ਦੇ ਨਾਂ ਤੇ ਸਿਰਫ ਬਿਆਨਬਾਜ਼ੀ ਕਰਕੇ ਜਿਵੇਂ ਅੱਜ ਸ਼ਰੋਣੀ ਅਕਾਲੀ ਦਲ ਨੇ ਕੀਤੀ ਆ ਇਹੋ ਜਿਹੀਆਂ ਗੱਲਾਂ ਕਰਕੇ ਮੈਨੂੰ ਨਹੀਂ ਲੱਗਦਾ ਵੀ ਕੋਈ ਇਹ ਵਧੀਆ ਗੱਲ ਐ ਤੇ ਸਾਨੂੰ ਤਾਂ ਲੜਨ ਦਾ ਹੀ ਪਤਾ ਐ ਵੀ ਆਪਣੀ ਜਿਹੜੇ ਸਾਡੇ ਮਨੁੱਖੀ ਹੱਕਾਂ ਇਹਨਾਂ ਲਈ ਕਿਵੇਂ ਲੜਨਾ ਜੋ ਜ਼ਿੰਦਗੀ ਦੇ ਘਾਟੇ ਵੱਧਦੇ ਤਾਂ ਇਸ ਤਰ੍ਹਾਂ ਹੁੰਦੇ ਹੀ ਰਹਿਣੇ ਆ ਕਿਸੇ ਨੂੰ ਇਨਸਾਫ ਮਿਲੇਗਾ ਕਿਸੇ ਨੂੰ ਨਹੀਂ ਮਿਲੇਗਾ ਪਰ ਇਨਸਾਫ ਲਈ ਲੜਨਾ ਬਹੁਤ ਜ਼ਰੂਰੀ ਹੈ ਇਸ ਵੇਲੇ ਪੰਜਾਬ ਦੇ ਵਿੱਚ ਜੀ ਬਹੁਤ ਬਹੁਤ ਧੰਨਵਾਦ ਬੀਬੀ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੇ ਅਸੀਂ ਆਪਣੇ ਮਾਧਿਅਮ ਦੇ ਰਾਹੀਂ ਭਾਈ ਜਸਵੰਤ ਸਿੰਘ ਖਾਲੜਾ ਹੁਣਾ ਨੇ ਜੋ ਆਪਣੀ ਜ਼ਿੰਦਗੀ ਦੇ ਵਿੱਚ ਕੀਤਾ ਸੀ ਅ ਅਸੀਂ ਉਸ ਕਰਕੇ ਉਹਨਾਂ ਦੀ ਸ਼ਹਾਦਤ ਨੂੰ ਜ਼ਰੂਰ ਪ੍ਰਣਾਮ ਕਰਾਂਗੇ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ